ਸਤਿ ਸ਼੍ਰੀ ਅਕਾਲ ਜੀ, ਭੁਪਿੰਦਰ ਹੇਅਰ ਚੱਕੜੇ ਵਾਲੇ ਵੱਲੋਂ ਅੱਜ ਪਹੁੰਚੇ ਹਾਂ ਜੀ ਅਸੀਂ ਗੋਸਲਾਂ ਪਿੰਡ, ਬਾਈ ਜੀ ਬਲਵੀਰ ਗੋਸਲ ਜੀ ਦੇ ਪਿੰਡ, ਜੋ ਕਿ ਬਹੁਤ ਵਧੀਆ ਸਟਾਰ ਪਲੇਅਰ ਹੈ ਜੀ। ਬੜਾ ਇਹਨਾਂ ਦਾ ਬਠਿੰਡੇ ਅਤੇ ਰਾਮਪੁਰੇ ਦੇ ਵਿੱਚ ਨਾਂ ਹੈ ਜੀ। ਸੋ ਜ਼ਿਲ੍ਹਾ ਇਹਨਾਂ ਨੂੰ ਬਠਿੰਡਾ ਲੱਗਦਾ ਅਤੇ ਪਿੰਡ ਗੋਸਲਾਂ। ਸੋ ਬਾਈ ਜੀ ਨਾਲ ਬੈਠੇ ਆਪਣੇ ਬਲਵੀਰ ਗੋਸਲ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਤੁਹਾਡੇ ਧੰਨਵਾਦ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਇੱਥੇ ਤੁਹਾਡਾ ਧੰਨਵਾਦ ਕਰਦਾ ਜੀ ਜੋ ਮੇਰੇ ਘਰ ਪਹੁੰਚੇ ਜੀ। ਹੋਰ ਤੁਹਾਡਾ ਧੰਨਵਾਦ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸੋ ਰਾਧਨ ਵਾਲੇ ਕਬੂਤਰ ਹੈ ਜੀ ਇਹਨਾਂ ਦੇ ਕੋਲ, ਗੱਲਬਾਤ ਕਰਦੇ ਹਾਂ ਜੀ ਆਪਾਂ ਇਹਨਾਂ ਦੇ ਨਾਲ ਕਬੂਤਰਬਾਜ਼ੀ ਦੀ, ਕਿਵੇਂ ਇਹਨਾਂ ਨੂੰ ਸ਼ੌਕ ਪਿਆ? ਸਭ ਤੋਂ ਪਹਿਲਾਂ ਸ਼ੌਕ ਤੁਹਾਨੂੰ ਜਿਹੜਾ ਕਬੂਤਰਬਾਜ਼ੀ ਦਾ ਕਿਵੇਂ ਪਿਆ ਜੀ? ਮੈਂ 12 ਕੁ ਸਾਲ ਦਾ ਸੀਗਾ ਜੀ ਉਦੋਂ ਜੀ, ਮੈਂ ਢਿੱਲਾ ਹੋ ਗਿਆ ਜੀ ਜੀ, ਅਤੇ ਇੱਥੇ ਆਪਣੇ ਕੋਠੇ 'ਤੇ ਕਬੂਤਰ ਆ ਕੇ ਬਹਿ ਗਿਆ ਜੀ, ਉਹ ਸ਼ੀਰੀ ਨੇ ਫੜ ਕੇ ਮੈਨੂੰ ਦੇ ਤਾ। ਉਸ ਤੋਂ ਬਾਅਦ ਫਿਰ ਇੱਕ ਹੋਰ ਲਿਆਤਾ ਜੀ, ਦੋ ਰੱਖ ਲਏ, ਅਤੇ ਹੌਲੀ ਹੌਲੀ ਰੱਖ ਕੇ ਜਦੋਂ ਮੈਂ ਠੀਕ ਹੋ ਗਿਆ ਜੀ, ਉਸ ਤੋਂ ਬਾਅਦ ਵਧਾ ਲਿਆ ਜੀ ਕੰਮ, ਬੱਚੇ ਬੁੱਚੇ ਕਢਾ ਲਏ ਜੀ। ਇੱਥੇ ਗਿੱਲੀਬਾਜ਼ੀ ਆਈ ਆਪਣੇ ਲਾਗੇ ਆ 1.5 ਕਿਲੋ, ਇੱਥੇ ਮੈਂ ਉਦੋਂ ਜੀ 200-250 ਛੱਡਿਆ ਜੀ ਕਬੂਤਰ ਜੀ। ਅਤੇ ਅਸੀਂ ਫਿਰ ਇੱਕ ਡਰਾਈਵਰ ਸੀਗਾ ਜੀ ਮਾਈ ਸਰਖਾਨੇ ਦਾ, ਅਤੇ ਉਹਨਾਂ ਨਾਲ ਬਾਜੀ ਵੰਡੀ ਮੈਂ, ਮੈਨੂੰ ਉਦੋਂ 17-18 ਸੌ ਰੁਪਏ ਆਇਆ ਜੀ। ਕੁਛ ਉਹਨੂੰ ਆ ਗਏ ਵਧੀਆ ਉੱਡਿਆ ਆਪਣੇ ਕਬੂਤਰ ਛਤਰੀ 'ਤੇ ਬੈਠਾ ਜੀ, ਅਤੇ ਬਸ ਉਦੋਂ ਬਸ ਸੌਂਕ ਹੌਲੀ ਹੌਲੀ ਪੈਂਦਾ ਜੀ ਵੱਧ ਗਿਆ ਜੀ। ਲੋ ਤੁਸੀਂ ਜਦੋਂ 12 ਸਾਲ ਦੀ ਉਮਰ ਦੇ ਵਿੱਚ ਕਬੂਤਰ ਘਰ ਰੱਖ ਲਏ ਸੀ, ਹਾਂਜੀ, ਅਤੇ ਪਹਿਲੀ ਬਾਜੀ ਹੈ ਜਿਹੜੀ, ਫਿਰ ਉਦੋਂ ਤੁਸੀਂ ਕਿਸੇ ਤੋਂ ਸਿੱਖਿਆ ਸੀ ਵੀ ਕਿਵੇਂ ਛਤਰੀ 'ਤੇ ਲਾਉਣਾ ਜਾਂ ਥੱਲੇ ਫਿਰਦਾ ਹੀ ਬਾਜੀ ਛੱਡਤਾ? ਛਤਰੀ 'ਤੇ ਸਿੱਖਿਆ ਸੀ, ਉਦੋਂ ਆਮ ਜਿਹੀ ਛਤਰੀਆਂ ਆਉਂਦੀਆਂ ਜੀ, ਛਿਲਤਾਂ ਨਹੀਂ ਬਣਾ ਲੈਂਦੇ ਜੀ ਜੀ, ਅਤੇ ਊਂ ਹੀ ਛੱਡਤਾ ਸੀ, ਬਸ ਟੱਕ ਜੇ ਨਾ ਜੀ, ਉਦੋਂ ਇੰਨਾ ਨਹੀਂ ਸੀ ਪਤਾ ਜੀ, ਜਿਵੇਂ ਹੁਣ ਤਾਂ ਬੜਾ ਵੱਧ ਗਿਆ ਜੀ ਕੰਮ ਜੀ। ਉਦੋਂ ਕਿੰਨੇ ਕਬੂਤਰ ਉਸ ਟਾਈਮ ਬਾਜੀ ਦੇ ਵਿੱਚ ਸੀਗੇ? 17-18 ਕਬੂਤਰ ਸੀਗੇ। ਨਾਮੀ ਖਿਡਾਰੀ ਵੀ ਕੋਈ ਇੱਥੋਂ ਦਾ ਮੌਜੂਦ ਹੋਣਾ ਜਿਹੜਾ ਨਾਮੀ ਖਿਡਾਰੀ ਹੋਵੇ ਉਸ ਟਾਈਮ 'ਤੇ? ਇੱਕ ਤਾਂ ਬਾਬਾ ਹਜੂਰਾ ਸਿੰਘ ਹੁੰਦਾ ਜੀ ਮਾਈ ਸਰਖਾਨੇ ਤੋਂ ਜੀ, ਇੱਕ ਡਰਾਈਵਰ ਹੁੰਦਾ ਸੀਗਾ ਜੀ, ਇੱਕ ਬਾਲੇ ਵਾਲਾ ਫੌਜੀ, ਇਹ ਪੁਰਾਣੇ ਖਿਡਾਰੀ ਹੁੰਦੇ ਸਾਡੇ ਹੁਣ ਤੋਂ ਪਹਿਲਾਂ ਦੇ, ਇਹਨਾਂ ਨਾਲ ਬਸ ਸਾਰਿਆਂ ਨੇ ਛੱਡੇ ਜੀ, ਅਸੀਂ ਰਲ ਕੇ ਆਪਣੇ ਦੋ ਸੀਗੇ, ਇਹ ਦੋਵਾਂ ਨੇ ਬਾਜੀ ਵੰਡ ਲਈ ਜੀ, ਦੋਵਾਂ ਨੇ ਬਾਜੀ ਵੰਡ ਲਈ। ਇਹ ਜਿਹੜੇ ਬਜ਼ੁਰਗ ਖਿਡਾਰੀ ਸੀ ਉਹਨਾਂ ਨੇ ਵੇਖਿਆ ਹੋਣਾ ਵੀ ਆਹ ਕੌਣ ਹੈ, ਛੋੜ ਦਾ ਆ ਗਿਆ ਕਿੱਥੋਂ ਦਾ, ਹਾਂਜੀ ਹਾਂਜੀ, ਨਾਮ ਵਗੈਰਾ ਪੁੱਛਦੇ ਹੋਣੇ ਤੁਹਾਡਾ? ਹਾਂ, ਕਮਾਲ ਮੰਨ ਕੇ ਕਹਿੰਦੇ ਜਵਾਕ ਦਾ ਜਿੱਤ ਕੇ ਲੈ ਗਏ ਜੀ ਜੀ, ਬਸ ਉੱਥੋਂ ਗਾਹਾਂ ਦੀ ਗਾਂ ਵਧੀ ਗਿਆ ਜੀ ਕੰਮ। ਫਿਰ ਮਤਲਬ ਤੁਹਾਡਾ ਜਿਹੜਾ ਕਬੂਤਰਬਾਜ਼ੀ 'ਚ ਬਲਵੀਰ ਗੋਸਲਾ ਨਾਮ ਉੱਥੋਂ ਹੀ ਸਟਾਰਟ ਹੋ ਗਿਆ? ਉੱਥੋਂ ਹੋ ਗਿਆ ਜੀ, ਬਸ ਮਸ਼ਹੂਰ ਹੋ ਗਿਆ। ਹਾਂਜੀ, ਅਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਵੀ ਰਾਧਨ ਵਾਲੇ ਕਬੂਤਰ, ਹਾਂਜੀ, ਜਦੋਂ ਤੁਹਾਡੇ ਕੋਲ ਪਹਿਲਾ ਕਬੂਤਰਬਾਜ਼ੀ ਜਿੱਤ ਗਿਆ ਸੀ ਉਸ ਦੀ ਨਸਲ ਨਹੀਂ ਵਧਾਈ ਤੁਸੀਂ? ਉਹਦੀ ਵਧਾਈ ਸੀਗੀ, ਵਧਾਈ ਸੀ ਜੀ। ਹਾਂਜੀ, ਰਾਜਨ ਤੋਂ ਕਬੂਤਰ ਲੈਣ ਦਾ ਕੀ ਕਾਰਨ ਬਣਿਆ? ਉਹਨਾਂ ਦੇ ਕਬੂਤਰ ਚੰਗੇ ਸੀ ਜਾਂ ਤੁਸੀਂ ਜਿਹੜਾ 1800 ਰੁਪਇਆ ਜਿੱਤਿਆ ਸੀ ਉਹਦਾ ਲਾਲਚ ਪੈ ਗਿਆ ਤੁਹਾਨੂੰ ਕਿ ਆਪਾਂ ਹੋਰ ਵੱਧ ਪੈਸੇ ਕਮਾਈਏ? ਸਾਨੂੰ ਲਾਲਚ ਵੀ ਪੈ ਗਿਆ ਜੀ, ਸ਼ੌਂਕ ਵੀ ਵੱਧ ਆ ਗਿਆ ਜੀ ਜੀ। ਰਾਜਨ ਉਦੋਂ ਬਾਜ਼ੀਆਂ ਛੱਡਦਾ ਹੁੰਦਾ ਸੀ ਜੀ, ਜਿੱਥੇ ਵੀ ਛੱਡਦਾ ਜੀ ਉਹਦਾ ਕਬੂਤਰ ਬੜਾ ਚੰਗਾ ਉੱਡਦਾ ਸੀ, ਜਿਉਂ ਜਿਉਂ ਗਰਮੀ ਪੈਂਦੀ ਜਿਉਂ ਜਿਉਂ ਰੱਬ ਨੂੰ ਜਾਈ ਜਾਂਦਾ ਸੀ ਜੀ। ਸਾਡੇ ਸਾਹਮਣੇ ਬਹੁਤ ਚੰਗੇ ਚੰਗੇ ਖਿਡਾਰੀਆਂ ਨੂੰ ਫੜਾਇਆ ਸੀ ਉਹ ਬੰਦੇ ਨੇ, ਅਤੇ ਫਿਰ ਅਸੀਂ, ਮੇਰੇ ਨਾਲ ਇੱਕ ਚੱਠਾ ਹੁੰਦਾ ਜੀ ਮੇਰਾ ਦੋਸਤ ਜੀ, ਹੁਣ ਤਾਂ ਦੁਕਾਨ ਕਰੀ ਬੈਠਾ ਬਠਿੰਡੇ ਜੀ ਮੈਡੀਕਲ ਦੀ ਜੀ, ਅਸੀਂ ਦੋਵਾਂ ਨੇ ਸਾਂਝੇ ਰੱਖੇ ਇੱਥੇ ਕਬੂਤਰ ਕਈ ਸਾਲ ਜੀ, ਫਿਰ ਉਹਨਾਂ ਤੋਂ ਅਸੀਂ ਮੁੱਲ ਲੈਣੇ ਸ਼ੁਰੂ ਕਰ ਲਏ ਰਾਜਨ ਤੋਂ, ਸਾਨੂੰ ਕਬੂਤਰ ਬਾਹਲੇ ਚੰਗੇ ਲੱਗੇ, ਬਸ ਉਹਦਾ ਰਿਜ਼ਲਟ ਇਹ ਜਿਹਾ ਜੀ ਹੌਲੀ ਹੌਲੀ, ਵੀ ਇਹ ਕਬੂਤਰਾਂ ਨੂੰ ਕੋਈ ਕਬੂਤਰ ਕੋਈ ਵੀ ਨਹੀਂ ਉੱਪੜਦਾ, ਜਿਹਦੇ ਕੋਲ ਹੈਗੇ ਆ ਜੀ ਤੁਹਾਨੂੰ ਐਂ ਕਹੂਗਾ ਵੀ ਇਹਨਾਂ ਨਾਲ ਦਾ ਕਬੂਤਰ ਕੋਈ ਨਹੀਂ। ਰਾਜਨ ਤੋਂ ਜਿਹੜੇ ਤੁਸੀਂ ਕਬੂਤਰ ਮੁੱਲ ਲਏ ਜੀ, ਕੋਈ ਸਨ 'ਚ ਬੰਦਾ ਪਾ ਕੇ ਜਾਂ ਸਿੱਧੀ ਗੱਲ ਕੀਤੀ ਸੀ ਅਸੀਂ ਮੁੱਲ ਕਬੂਤਰ ਲੈਣੇ? ਚੱਠਾ ਸੀਗਾ ਜੀ ਮੇਰੇ ਨਾਲ, ਜਿਹੜਾ ਮੁੰਡਾ ਰੱਖਦਾ ਸੀ ਸਾਂਝੇ ਕਬੂਤਰ ਮੇਰੇ ਨਾਲ ਜੀ, ਉਹ ਬਸ ਅਸੀਂ ਦੋਵੇਂ ਹੀ ਜਾਂਦੇ ਹੁੰਦੇ ਸੀਗੇ, ਹੋਰ ਨਹੀਂ, ਤੀਜੇ ਬੰਦੇ ਨੂੰ ਅਸੀਂ ਲੈ ਕੇ ਨਹੀਂ ਗਏ। ਤੁਸੀਂ ਉਹਨਾਂ ਕੋਲ ਗਏ ਅਤੇ ਵੀ ਮੁੱਲ ਕਬੂਤਰ ਲੈਣੇ? ਬਸ ਅਸੀਂ ਪਹਿਲਾਂ ਉਹਦੇ ਨਾਲ ਲਿਆਜ ਲੂ ਜੀ ਪਾਈ ਜੀ, ਜਿਵੇਂ ਕਰਦੀ ਹੁੰਦੀ ਆ ਕਬੂਤਰ ਵਾਲੇ, ਮੁੜ ਕੇ ਫਿਰ ਅਸੀਂ ਬਸ ਉਹਨੂੰ ਥੋੜ੍ਹਾ ਮੋਟਾ ਦੇਣ ਲੱਗ ਗਏ ਲਾਲਚ, ਹੌਲੀ ਹੌਲੀ ਫਿਰ ਉਹਨੂੰ ਅਸੀਂ, ਸਾਨੂੰ ਕਹਿੰਦਾ ਵੀ ਚੱਲ ਤੁਹਾਨੂੰ ਮੈਂ ਦੇ ਦੂੰਗਾ ਜੀ। ਫਿਰ ਅਸੀਂ ਇੱਕ ਕਬੂਤਰ ਲਿਆ ਸੀ ਸਾਰਿਆਂ ਤੋਂ ਪਹਿਲਾਂ ਜੀ, ਸਾਹ ਅੱਖਾਂ ਜਿਹੜਾ ਬੇਗੇ ਜਿੱਤਿਆ ਸੀ ਉਹ ਮੁੱਲ ਲਿਆ ਸੀਗਾ ਜੀ, 2500 ਰੁਪਏ 'ਚ ਲਿਆ ਸੀ ਉਸ ਟਾਈਮ 'ਤੇ ਜੀ। ਜਿਹੜਾ ਤੁਸੀਂ ਪਹਿਲਾ ਕਬੂਤਰ 2500 ਰੁਪਏ? ਹਾਂਜੀ, 2500, ਬਹੁਤ ਵੱਡੀ ਰਕਮ ਹੋਣੀ ਆ ਉਸ ਟਾਈਮ 'ਚ 2500 ਰੁਪਏ, ਬਹੁਤ ਵੱਡੀ ਰਕਮ ਸੀਗੀ ਜੀ। ਅਸੀਂ ਦੋਵਾਂ ਨੇ ਅੱਧੇ ਦੇ ਪੈਸੇ ਪਾ ਕੇ ਹੀ ਲਿਆ ਸੀ ਉਦੋਂ, ਬੇਗੇ ਹਨੇਰਾ ਕਰਕੇ ਸਾਹ ਅੱਖਾ ਜੀ, ਅਤੇ ਕੰਧ 'ਤੇ ਬਹਿ ਗਿਆ ਬਾਈ ਜਿੱਤ ਕੇ, ਅਸੀਂ ਫੜਨ ਲੱਗੇ ਅਤੇ ਉਹ ਬੰਦਾ ਆ ਗਿਆ, ਸਾਨੂੰ ਕਹਿੰਦਾ ਵੀ ਦਿਓ, ਅਸੀਂ ਉਹਨੂੰ ਫੜਾ ਤਾ, ਅਸੀਂ ਉਹ ਕਬੂਤਰ ਤੋਂ ਉਦੋਂ ਫੈਨ ਹੋ ਗਏ ਵੀ ਇਹ ਕਬੂਤਰ ਆਪਾਂ ਲੈਣਾ ਭਾਵੇਂ ਕੁਛ ਵੀ ਹੋ ਜਾਵੇ, ਕੁਛ ਵੀ ਹੋ ਜਾਵੇ। ਫਿਰ ਅਸੀਂ ਉਹ ਕਬੂਤਰ ਉਦੋਂ ਲੈ ਲਿਆ ਜੀ, ਫਿਰ ਉਹਦਾ ਅਸੀਂ ਪੱਠਾ ਛੱਡਿਆ ਜੀ, ਪਹਿਲੀ ਵਾਰ ਬੱਚਾ ਕਢਾ ਕੇ ਜੀ, ਅਸੀਂ ਇਹ ਛੱਡਿਆ ਸੀਗਾ ਇੱਥੇ ਲਾਲ ਬਾਈ ਜੀ, ਇੱਕ ਤਾਂ ਜਸਵੀਰ ਵਾਲਾ ਦਾ ਰਹਿ ਗਿਆ ਸੀਗਾ ਜੀ, ਇੱਕ ਆਪਣਾ ਰਹਿ ਗਿਆ ਸੀ, ਉਹ ਸਾਨੂੰ ਉਹ ਬੋਲਦੇ ਆ ਜੀ, ਅਤੇ ਕਹਿੰਦਾ ਜੀ ਤੁਸੀਂ ਦੁਬਾਰੇ ਛੱਡਤਾ ਜੀ, 2 ਘੰਟੇ ਦੀ ਵਿੱਥ ਪਾਈ ਉਹਨੇ ਜਸਵੀਰ ਰਾਜ ਪੁੱਤਰ, ਉੱਥੋਂ ਬਸ ਗਾਂ ਵੱਧਦਾ ਵੱਧਦਾ ਜੀ, ਫਿਰ ਅਸੀਂ ਉਹਦੇ ਕੋਲ ਚਿੱਟੀਆਂ ਵਾਲਾ ਸੀਗਾ ਜੀ,
ਚਿੱਟੀਆਂ ਵਾਲਾ ਵੀ ਫਿਰ ਅਸੀਂ ਮੁੱਲ ਲੈਣਾ ਜੀ। ਉਹ ਹੱਥ ਉਹ ਸਾਨੂੰ ਕਹਿੰਦਾ ਸੀ ਮੋੜ ਦਿਓ, ਮੈਂ ਤਾਂ ਪੈਸੇ ਲੈ ਲਓ ਮੁੜ ਕੇ, ਫਿਰ ਉਹਨਾਂ ਦੀ ਸਜ਼ਾ ਹੋ ਗਈ ਵਿੱਚ ਹੀ ਸਾਡੇ ਕੋਲ ਰਹਿ ਗਿਆ ਜੀ। ਮਤਲਬ ਤੁਹਾਨੂੰ ਵੀ ਲਾਲਚ ਪੈ ਗਿਆ ਵੀ ਆਪਾਂ 2500 ਦਾ ਲਿਆ ਸੀ, ਚਲੋ ਅੱਜ ਆਪਾਂ 5000 ਦੀ ਬਾਜ਼ੀ ਜਿੱਤ ਲਈ, ਉਹਨਾਂ ਨੇ ਵੇਚੇ ਸੀ ਅੱਜ 2500 ਦਾ, ਹੁਣ ਆਪਣਾ 5000 ਦਾ ਵਿਕਦਾ। ਹਾਂਜੀ, 5000 ਤੋਂ ਉੱਤੇ ਵੀ ਖਰੀਦਾ ਜਾਂ ਉਹਨਾਂ ਟਾਈਮਾਂ 'ਚ 5000 ਅਖੀਰ ਕੋਈ ਪੰਜ ਅਖੀਰ ਸੀਗਾ ਅਖੀਰ? ਹਾਂਜੀ, ਉਹਨਾਂ ਨੇ ਮੰਗਿਆ 5 ਹੀ ਸੀ, 5 ਹੀ ਮੰਗਾਈ, 5 ਹੀ ਦਿੱਤਾ ਜੀ, 5 ਹੀ ਮੰਗਿਆ, 5 ਹੀ ਦਿੱਤਾ। ਸਾਨੂੰ ਕਹਿੰਦਾ ਕੋਈ ਫੜ ਲਓ ਜੀ ਸੁਭਾਅ 'ਚ 5 'ਚ, ਫਿਰ ਅਸੀਂ ਸੁਭਾਅ ਤੋਂ ਤਾਂ ਫੜੀ ਨਹੀਂ ਜਾਂਦੇ ਸੀ, ਢਾਂਗੇ ਨਾਲ ਸਿੱਟਿਆ ਹੌਲੀ ਹੌਲੀ ਅਤੇ ਫਿਰ ਉਹ ਫੜਦੇ। ਜਿਹੜਾ 5000 ਦਾ ਤੁਸੀਂ ਕਬੂਤਰ ਲਿਆ ਸੀ, ਕੀ ਖਾਸੀਅਤ ਸੀ, ਕੀ ਇੰਨੇ ਕਬੂਤਰਾਂ 'ਚੋਂ ਵਧੀਆ ਲੱਗਿਆ, ਜਾਂ ਤੁਹਾਨੂੰ ਪਹਿਲਾਂ ਕਿਤੇ ਬਾਜ਼ੀ ਛੱਡਿਆ ਸੀ, ਉਹ ਕੀ ਵਧੀਆ ਲੱਗਿਆ ਉਸ ਕਬੂਤਰ ਦਾ? ਉਹ ਕਬੂਤਰ ਸਾਨੂੰ ਦੱਸਦਾ ਸੀ ਨਸਲ ਨੂੰ ਰੱਖਿਆ ਜੀ, ਬੜਾ ਚੰਗਾ, ਦੇਖਣ ਨੂੰ ਬਹੁਤ ਸੋਹਣਾ ਜੀ, ਮੈਂ ਤੁਹਾਨੂੰ ਕੋਠੇ ਦਿਖਾਇਆ ਇਹੋ ਜਿਹਾ ਕਬੂਤਰ। ਜੀ ਜੀ, ਅਤੇ ਬਸ ਉਹ ਸੀ ਅਖੇ ਇਹ ਵੀ ਲੈਣਾ ਹੀ ਲੈਣਾ ਸੀ, ਫਿਰ ਉਹ ਲੈ ਕੇ ਛੱਡਿਆ ਜੀ। ਉਹ ਤੁਸੀਂ 5000 ਦਾ ਲਿਆਂਦਾ ਉਹਨਾਂ ਟਾਈਮਾਂ ਦੇ? ਪਹਿਲਾਂ ਲਿਆ ਸੀ ਜੀ 2500 ਦਾ ਜੀ, ਜੀ ਦੂਜਾ ਚਿੱਟੀਆਂ ਲਿਆ ਸੀ ਉਹ 5000 ਦਾ, ਸਾਖਾ 2500 ਦਾ ਲਿਆ। ਬਾਜੀ ਤੁਸੀਂ ਪਹਿਲੀ ਜਿੱਤ ਕੇ ਸੀ, ਹਾਂਜੀ, ਉਸ ਤੋਂ ਬਾਅਦ ਤੁਸੀਂ ਗੁਰੂ? ਹਾਂਜੀ, ਗੁਰੂ ਕਿਸ ਨੂੰ ਧਾਰਿਆ? ਦਰਸੀ ਨੂੰ ਜੀ, ਭਾਈ ਰੁਕੇ ਨੂੰ, ਬਜੀ ਦੇ ਨਾਲ ਇੱਕ ਬੁਲਾ ਲੈਂਦੇ। ਗੁਰੂ ਧਾਰਨ ਦਾ ਕੀ ਮਤਲਬ, ਰੀਤੀ ਰਿਵਾਜ ਦੇ ਹਿਸਾਬ ਨਾਲ ਵੀ ਆਪਾਂ ਗੁਰੂ ਧਾਰਨ ਹੈ, ਕਿਉਂਕਿ ਬਾਜੀ ਤੁਸੀਂ ਜਿੱਤ ਗਏ ਸੀ ਪਹਿਲੀ? ਨਹੀਂ ਜੀ, ਉਹ ਤਾਂ ਫਿਰ ਇੱਕ ਤਾਂ ਬਾਜੀ ਛੋਟੀ ਸੀਗੀ ਜੀ, ਜੀ ਬਾਕੀ ਫਿਰ ਤਾਂ ਦੂਜੀਆਂ ਬਾਜ਼ੀਆਂ ਹੀ ਜਿੱਤੀਆਂ ਜਾਂਦੀਆਂ ਸੀਗੀਆਂ ਜੀ, ਜੀ ਵੱਡੀਆਂ ਬਾਜ਼ੀਆਂ ਅਸੀਂ ਜਾਣ ਲੱਗ ਗਏ, ਫਿਰ ਵੱਡੀਆਂ ਦੇ ਉਹ ਘੁੱਸ ਪਏ ਗਏ ਜੀ, ਫਿਰ ਅਸੀਂ ਆਖਿਆ ਵੀ ਕੋਈ ਹੱਲ ਲੱਭ ਗਏ ਦਾ ਜੀ, ਫਿਰ ਅਸੀਂ ਹੱਲ ਲੱਭਿਆ ਜੀ, ਬਸ ਉਹ ਗੁਰੂ ਧਾਰਿਆ ਜੀ, ਦਰਸ਼ੀ ਦਰਸ਼ੀ ਨੂੰ ਗੁਰੂ ਧਾਰਿਆ। ਹਾਂਜੀ, ਉਹ ਕਿਹੜੇ ਸਨ ਦੇ ਵਿੱਚ ਗੁਰੂ ਧਾਰਿਆ ਸੀਗਾ? 25 ਸਾਲ ਪਹਿਲਾਂ, 20 ਤੋਂ 25 ਸਾਲ ਪਹਿਲਾਂ ਗੁਰੂ ਧਾਰਿਆ ਸੀ। ਉਸ ਤੋਂ ਬਾਅਦ ਫਿਰ ਖੂਬ ਬਾਜ਼ੀਆਂ ਦਿੱਤੀਆਂ ਉਹਨਾਂ ਨੂੰ ਗੁਰੂ ਧਾਰਨ ਤੋਂ ਬਾਅਦ? ਹਾਂਜੀ, ਉਹਦੀ ਜਿੱਤਣ ਲੱਗ ਗਏ, ਉਹਨੂੰ ਜਿੱਤਣ ਲੱਗ ਗਏ। ਉਹਨੇ ਸਾਨੂੰ 1.5-2 ਸਾਲ ਤਾਂ ਸਾਡੇ ਕਬੂਤਰ ਨੇ ਸਾਂਭ ਕੇ ਦਿੱਤੇ ਜੀ, ਇੱਥੋਂ ਅਸੀਂ ਲਿਜਾਂਦੇ ਸ਼ਾਮ ਨੂੰ ਛੱਡ ਕੇ ਆਉਂਦੇ, ਸਾਂਭ ਕੇ ਤੜਕੇ ਅਸੀਂ ਬਾਜ਼ੀ 'ਤੇ ਜਾਂਦੇ ਅਤੇ ਬਾਜ਼ੀ ਜਿੱਤ ਲੈਣੀ ਜੀ ਅਸੀਂ। ਫਿਰ ਅਸੀਂ ਸਾਨੂੰ ਉਹਨੇ ਅਸੀਂ ਕਈ ਵਾਰਡ ਦੂਰ ਦੇ ਸਾਨੂੰ ਕੋਈ ਦੱਸੋ ਜੀ, ਫਿਰ ਅਸੀਂ ਉਹਦਾ ਹੀ ਮਾਨਤਾ ਕਰਿਆ ਵਿਚਾਰੇ ਦਾ ਵੀ, ਕਹਿੰਦੀ ਸਾਨੂੰ ਫਿਰ ਉਹਨੇ ਸਾਨੂੰ ਦੱਸਿਆ ਸਾਰਾ ਕੁਝ। ਮਤਲਬ ਕਿ ਉਹਨਾਂ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਜਿਹੜੇ ਬੱਚੇ ਹੈ ਇਹ ਵਿਸ਼ਵਾਸ ਆ ਜਿਹੜਾ ਮੇਰਾ ਗਵਾਉਣਗੇ ਨਹੀਂ, ਹਾਂਜੀ, ਤੁਹਾਡੇ 'ਤੇ ਪੂਰਾ ਵਿਸ਼ਵਾਸ ਕਰਕੇ ਤੁਹਾਨੂੰ ਸਾਰਾ ਕੁਝ ਜਿਹੜਾ ਦੱਸਤਾ। ਹਾਂਜੀ, ਅੱਜ ਵੀ ਆਪਣੀ ਬਹੁਤ ਵਧੀਆ ਜੀ ਉਹ ਬੰਦੇ, ਆਉਂਦੇ ਜਾਂਦੇ ਅਸੀਂ ਉੱਧਰ। ਉਸ ਤੋਂ ਬਾਅਦ ਤੁਸੀਂ ਵੀ ਫਿਰ ਚੇਲੇ ਬਣਾਏ ਹੋਣਗੇ? ਹਾਂਜੀ, ਬਣਾਏ ਆ ਜੀ 2 ਚੇਲੇ। ਕੌਣ ਕੌਣ ਚੇਲੇ ਆ ਜੀ ਆਪਣੇ? ਕੋਟ ਸ਼ਮੀਰ ਤੋਂ ਮੁੰਡਾ ਜੀ, ਬੱਟਰੀ ਜੀ। ਲਓ ਜੀ, ਇੱਕ ਇਹਨਾਂ ਦਾ ਜਿਹੜਾ ਚੇਲਾ ਕੋਟ ਸ਼ਮੀਰ ਤੋਂ, ਕੀ ਨਾਂ ਵੀਰ ਜੀ ਆਪਣਾ? ਜਗਮੀਤ। ਜਗਮੀਤ, ਅਤੇ ਬਾਈ ਜੀ ਨੇ ਬਹੁਤ ਵਧੀਆ ਦੱਸਿਆ ਤੁਹਾਨੂੰ ਜੋ ਗੁਰੂ ਦਕਸ਼ਣਾ। ਹਾਂਜੀ, ਠੀਕ ਹੈ। ਅਤੇ ਦੂਜਾ ਚੇਲਾ ਆਪਣਾ ਕੌਣ ਹੈ ਜੀ? ਉਹ ਮੱਝੂ ਕੀ ਤਲਵੰਡੀ ਤੋਂ ਗੋਰਾ ਜੀ, ਉਹ ਅੱਜ ਨਹੀਂ ਆ ਸਕਦਾ, ਉਹਨਾਂ ਨੂੰ ਕੰਮ ਸੀ। ਅੱਛਾ, ਉਹਨਾਂ ਨੂੰ ਕੋਈ ਕੰਮ ਪੈ ਗਿਆ? ਹਾਂਜੀ, ਮੱਝੂ ਕੀ ਤਲਵੰਡੀ ਤੋਂ? ਹਾਂਜੀ, 2 ਚੇਲੇ ਹੋ ਗਏ। ਹਾਂਜੀ, ਅਤੇ ਕਬੂਤਰਾਂ ਤੋਂ ਇਲਾਵਾ ਜਿਹੜੀ ਆਪਣੀ ਕੋਈ ਹੁੰਦੀ ਹੈ ਖਾਸ ਬਾਜ਼ੀ, ਕਈ ਵਾਰੀ ਹੁੰਦੀ ਹੈ ਵੀ ਆਪਣੀ ਜਦੋਂ ਖਾਸ ਬਾਜ਼ੀ ਕੋਈ ਇਹੋ ਜਿਹੀ ਰਹੀ ਹੋਵੇ ਜਿੱਥੇ ਆਪਣੀ ਯਾਦਗਾਰ ਰਹਿ ਗਈ ਹੋਵੇ ਬਾਜ਼ੀ, ਵੀ ਆਪਾਂ ਨੂੰ ਕਦੇ ਭੁੱਲਣੀ ਨਹੀਂ ਜ਼ਿੰਦਗੀ ਦੇ ਵਿੱਚ, ਉਹੋ ਜਿਹੀ ਕੋਈ ਬਾਜ਼ੀ ਦਾ ਜ਼ਿਕਰ ਕਰੋ। ਉਹ ਬਾਜ਼ੀ ਇੱਕ ਆਪਾਂ ਇੱਥੇ ਛੱਡੀ ਜੀ, ਆਪਾਂ ਗੁਰਦੇਵ ਕਹਿੰਦੇ ਕਲੱਬ ਨਹੀਂ ਬਣਾਇਆ ਜੀ। ਜੀ, ਪਹਿਲੀ ਵਾਰ ਇਹਨਾਂ ਨੇ ਕਲੱਬ ਬਣਾਇਆ ਸੀ ਉਦੋਂ, ਚੌਧਰੀ ਵਾਲੇ ਮੈਂ ਕਬੂਤਰੀ ਛੱਡੀ ਘਰੋਂ ਲਿਆ ਕੇ, ਉਹੀ ਰਾਜ ਨਾਲ ਨਸਲ, ਉੱਥੋਂ ਹੀ ਲੋਕ ਘਰ ਪਹੁੰਚ ਗਏ ਸੀ, 1.25 ਘੰਟੇ ਦੀ ਵਿੱਥ ਪਾਈ ਜੀ ਇਕੱਲੀ, ਅਜੇ ਵੀ ਮੌਜੂਦ ਆ ਉਹ ਬੈਠੇ ਜਾਲ 'ਚ। ਉਦੋਂ ਫਿਰ 9ਵੇਂ ਦਿਨ ਬਾਈ ਉਹ ਘੋੜ ਕੇ ਛੱਡ ਕੇ ਜਾ, ਉੱਥੇ ਫਿਰ ਇਹਨੇ 1.5 ਘੰਟੇ ਦੀ ਵਿੱਥ ਪਾਈ ਨਾਲੇ ਫਰਿੱਜ ਜਿੱਤੀ। ਮਤਲਬ ਉਸੇ ਸਾਲ 'ਚ ਇਹ 2 ਬਾਜ਼ੀਆਂ ਉਸੇ ਸਾਲ 'ਚ 9ਵੇਂ ਦਿਨ ਫਰਿੱਜ ਜਿੱਤ ਲਈ ਜੀ, 9ਵੇਂ ਦਿਨ ਹੀ ਫਰਿੱਜ ਜਿੱਤੀ ਦੁਬਾਰਾ ਫਿਰ। ਮਤਲਬ ਇਹ ਤੁਹਾਡੀ ਇੱਕ ਯਾਦਗਾਰ ਬਾਜ਼ੀ। ਹਾਂਜੀ, ਕੋਈ ਇਸ ਤੋਂ ਇਲਾਵਾ ਹੋਰ ਬਾਜ਼ੀ ਜਿੱਥੇ ਆਪਾਂ ਨੂੰ ਕਈ ਵਾਰੀ ਕੋਈ ਵਿਸ਼ਵਾਸ ਨਹੀਂ ਹੁੰਦਾ, ਜਾਂ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਲੱਗੇ ਵੀ ਅੱਜ ਕਬੂਤਰ ਮਾੜਾ ਆਪਣਾ ਜਿੱਤ ਗਿਆ ਹੋਵੇ, ਕੋਈ ਉਹੋ ਜਿਹੀ ਬਾਜ਼ੀ? ਹਾਂਜੀ, ਇੱਕ ਵਾਰੀ ਮੈਂ ਕੁੱਤੇ ਵਾਲੀ ਛੱਡੀ ਸੀਗੀ ਜੀ, 4 ਸਾਲ ਦੀ ਗੱਲ ਹੈ, ਉੱਥੇ ਸੀਗਾ ਜੀ 138 ਕਬੂਤਰ, 12 ਵਜੇ ਤੱਕ ਤਾਂ ਇਹ ਫਿਰਦਾ ਸੀ, ਮੈਨੂੰ ਬਹਿ ਜੂ, ਗਰਮੀ ਬਹੁਤ ਜ਼ਿਆਦਾ ਸੀ ਜੀ, ਅਤੇ ਸਾਰੇ ਖਿਡਾਰੀ ਕੁੱਲ ਖਿਡਾਰੀ ਪਹੁੰਚਿਆ ਵੀ ਉੱਥੇ, ਅਤੇ 12 ਤੋਂ ਬਾਅਦ ਜਦੋਂ 12:30 ਵਜੇ ਮੂੰਹ ਚੱਕ ਗਈ ਤਾਂ ਸਾਨੂੰ ਲਾ ਕੇ ਗੇੜੇ ਦੇਣ, ਫਿਰ ਮੈਨੂੰ ਐਂ ਹੋ ਗਿਆ ਮੈਂ ਹੁਣ ਜਿੱਤੂਗਾ। ਐਂਡ 'ਤੇ ਜੀ ਸਾਡੇ 2 ਹੀ ਕਬੂਤਰ ਰਹਿ ਗਏ ਸੀਗੇ, 4ਥਾ ਤਾਂ ਭੂਰੀ ਦਾ ਬਹਿ ਗਿਆ ਸੀਗਾ ਜੀ, 2 ਲੋਕਪਾਲੇ ਛੋਟੀ ਦੇ ਸਾਡੇ ਸੀ, 1 ਮੇਰਾ ਸੀ, ਲੋਕਪਾਲੀ ਦਾ 1 ਬਹਿ ਗਿਆ ਜੀ, ਅਤੇ 1 ਰਹਿ ਗਿਆ ਜੀ ਉਹਦਾ, ਇੱਕ ਆਪਣਾ ਰਹਿ ਗਿਆ। ਫਿਰ ਤੁਹਾਡਾ 1/2 ਘੰਟਾ ਜੀ ਮੈਚ ਚੜਿਆ ਸਾਡਾ, ਦੋਵਾਂ ਦਾ ਮੋਟਰਸਾਈਕਲ ਸੀ, ਬਸ 1 ਸਕਿੰਟ 5 ਸਕਿੰਟ ਆਪਣਾ ਐਂ ਬਹਿ ਗਿਆ ਉਹਦਾ ਗਾਹ। ਕੁਛ ਬਾਲੀ ਵੀਰ ਕਹਿ ਰਿਹਾ, ਹਾਂਜੀ ਤੁਸੀਂ ਦੱਸ ਦਿਓ ਤੁਹਾਨੂੰ ਜਾਣਕਾਰੀ। ਇੱਕ ਇਹਨਾਂ ਦਾ ਪੁੱਤ ਸੈਡੋ ਵੀ ਉੱਡਿਆ ਸੀਗਾ ਜੀ, ਬਹੁਤ ਚੰਗੀ ਉੱਡੀ ਸੀ ਪੂਰੀ ਜੀ ਸੈਡੋ, ਉਹ ਵੀ ਇਹਨਾਂ ਦੀ ਯਾਦਗਾਰ ਬਾਜ਼ੀ ਬਾਜ਼ੀ ਦੇ ਸੀ ਜੀ। ਉੱਥੇ 5000 ਮੁੱਢ ਦੀ ਪਹਿਲੇ 2 ਸਾਲ ਬਾਜ਼ੀਆਂ ਹੋਈਆਂ ਜੀ, ਇੱਕ ਤਾਂ ਉੱਚੋ ਅਮਰੀਕ ਉਹਨਾਂ ਨੇ ਕਰਾਈ ਸੀਗੀ, ਇੱਕ ਬਾਈ ਨੇ ਟੀਟੂ ਨੇ ਕਰਾਈ ਸੀ, ਅਤੇ 3ਵੀਂ ਵਾਰੀ ਸੈਡੋ ਦੀ ਸੀਗੀ। ਉੱਥੇ ਚੰਗੇ ਨਾਮੀ ਖਿਡਾਰੀ ਆਏ ਸੀ ਸੈਡੋ, ਇੱਕ ਇਹਨਾਂ ਦਾ ਕਬੂਤਰ ਸੀ ਕਪੂਰ ਸੀ,
ਉੱਥੇ ਸਾਡਾ ਦੋਨਾਂ ਦਾ ਮਤਲਬ ਕਿ ਸਾਡੀ ਪ੍ਰੇਮ ਬਹੁਤ ਹੈ, ਬਾਜੀ ਸਾਡੀ ਸਾਂਝੀ ਹੋ ਗਈ ਸੀ। ਘੰਟਾ ਸਾਡਾ ਮੈਚ ਚੱਲਿਆ ਉੱਥੇ ਐਂਡ ਦੇ ਫਰਿੱਜ 'ਤੇ ਸੈਦੂ ਐਮ ਮਤਲਬ ਕਿ ਵੀ ਸਾਡਾ ਅਤੇ ਬਲਵੀਰ ਦਾ ਬਾਜੀ ਜ਼ਰੂਰ ਸਾਡੀ ਸਾਂਝੀ ਹੋ ਗਈ ਸੀਗੀ, ਪਰ ਘੰਟਾ ਮੈਚ ਚੱਲਿਆ ਸਾਡਾ ਉੱਥੇ ਪੂਰਾ ਫਰਿੱਜ ਸਾਡੀ ਵੰਡੀ ਗਈ ਸੀ। ਅਖੀਰ 'ਤੇ ਜਾ ਕੇ ਕਬੂਤਰ ਆਪਣਾ ਵਿਨਰ ਹੋ ਗਿਆ ਸੀ ਇਹਨਾਂ ਤੋਂ, ਯਾਨੀ ਕਿ ਇੱਧਰ ਸਾਡੇ ਬਹੁਤ ਬੂਤਰ ਉੱਡੇ ਦੋਨਿਆਂ ਦੇ, ਬਲਵੀਰ ਦੇ ਵੀ ਆਪਣੇ ਵੀ ਜਿੱਥੇ ਕਿਤੇ ਉੱਡੇ ਆ। ਸਾਡਾ ਭਾਈਚਾਰਾ ਗਿਆ ਨਹੀਂ ਹੈਗਾ ਜਿਹਨਾਂ ਦਾ ਕਬੂਤਰ ਫਿਰਦਾ, ਚਾਹੇ 10 ਕਬੂਤਰ ਫਿਰਦੇ ਆ, ਇਹਨਾਂ ਨੇ ਕਹਿਤਾ ਆਪਾਂ ਜਵਾਬ ਨਹੀਂ ਦਿੱਤਾ ਇਹਨਾਂ ਨੂੰ ਕਦੇ, ਜੇ ਆਪਣਾ ਫਿਰਦਾ ਇਹਨਾਂ ਨੇ ਕਹਿਤਾ ਆਪਾਂ ਕਦੇ ਜਵਾਬ। ਦੋਸਤੀ ਦੇ ਵਿੱਚ ਚਾਹੀਦਾ ਵੀ ਇਹੀ ਆ ਜੀ, ਕਿਉਂਕਿ ਫਿਰ ਉਹ ਦੋਸਤੀ ਕਾਹਦੀ ਜੇ ਕੋਈ ਦੋਸਤ ਨਹੀਂ। ਸਾਡੇ ਬਹੁਤ ਉੱਡੇ ਜੀ, ਸਾਡਾ ਪਿੱਥੋਂ ਦੋਨਾਂ ਦੇ ਬਹੁਤ ਚੰਗੇ ਕਬੂਤਰ ਉੱਡੇ ਜੀ, ਬਲਵੀਰ ਦਾ ਹੀ ਪਿੱਛੇ ਆ ਕੇ ਰਾਠੀ ਵੀ ਬੁਰਜ ਉੱਡੇ ਜੀ, ਵਧੀਆ ਇਹਨਾਂ ਦਾ ਪ੍ਰੇਮ ਹੈ, ਵਧੀਆ ਚੰਗੇ। ਕੋਈ ਹੋਰ ਗੱਲਾਂ ਬਾਤਾਂ ਜੀ, ਜਿਵੇਂ ਕਈ ਵਾਰੀ ਹੁੰਦਾ ਆਪਣੇ ਇਲਾਕੇ ਦੇ ਵਿੱਚ, ਜਿਵੇਂ ਕਿ ਤੁਸੀਂ ਦੱਸਿਆ ਜੀ ਬਾਬਾ ਜੀ ਨਿਹੰਗ, ਉਹਨਾਂ ਤੋਂ ਕਬੂਤਰ ਕਿਵੇਂ ਲਿਆਉਣ ਹੋਇਆ ਤੁਹਾਡਾ ਬਾਬਾ ਜੀ ਨਿਹੰਗ ਕੋਲੇ? ਉਹਨਾਂ ਨਾਲ ਜਿਹੜਾ ਮੇਰੇ ਨਾਲ ਮੁੰਡਾ ਹੁੰਦਾ ਜੀ ਚੱਠਾ ਜੀ, ਜੀ ਉਹਨਾਂ ਦੀ ਰਿਸ਼ਤੇਦਾਰੀ ਸੀ ਉਹਨਾਂ ਨੂੰ। ਠੀਕ ਹੈ ਜੀ, ਹਾਂਜੀ, ਅਤੇ ਉਹਨਾਂ ਨਾਲ ਬਸ ਰਿਸ਼ਤੇਦਾਰੀ ਕਰਕੇ ਇੱਕ ਦੋ ਜੋੜੀਆਂ ਸੀ ਲੈ ਕੇ ਸੀ ਉਹਨਾਂ। ਜੀ, ਬਹੁਤ ਸੋਹਣਾ ਰਿਜ਼ਲਟ ਆ ਜੀ, ਉਹ ਵੀ ਵਧੀਆ ਉੱਡੇ ਕਬੂਤਰ, ਬਹੁਤ ਸੋਹਣੇ ਉੱਡੇ ਜੀ। ਕੋਈ ਹੋਰ ਗੱਲਬਾਤ ਬਾਲੀ ਜੀ ਸੁਣਾਓ, ਕੋਈ ਪੁਰਾਣੀ ਯਾਦਗਾਰੀ ਇੱਥੋਂ ਦੇ ਇਲਾਕੇ ਦੇ ਜੋ ਆਪਣੇ ਸਟਾਰ ਪਲੇਅਰ ਆ ਉਹਨਾਂ ਨਾਲ ਕੋਈ? ਸਟਾਰ ਵਧੀਆ ਜੀ, ਸਾਡੇ ਏਰੀਏ ਦੇ ਚੰਗੇ ਪਲੇਅਰ ਆ, ਸਾਰੇ ਵਧੀਆ ਸਤਿਕਾਰਯੋਗ ਹੈ ਜੀ, ਚੰਗੀਆਂ ਬਾਜ਼ੀਆਂ ਜਿੱਤਦੇ ਆ ਵਧੀਆ। ਪਹਿਲਾਂ ਜਾਣੀ ਕਿ ਜਿਹੜਾ ਇਹ ਭੁੱਚੂ ਏਰੀਆ ਸੀਗਾ ਜੀ, ਇਹਨੂੰ ਕਬੂਤਰਬਾਜ਼ੀ ਦਾ ਗੜ ਮੰਨਿਆ ਜਾਂਦਾ ਸੀਗਾ। ਸਾਡੇ ਏਰੀਏ ਦੇ ਵਿੱਚ ਬਹੁਤ ਚੰਗੀਆਂ ਬਾਜ਼ੀਆਂ ਹੁੰਦੀਆਂ ਸੀ, ਬੇਗਾ ਹੋ ਗਿਆ ਜੀ, ਪੀਰਕੋਟ ਹੋ ਗਿਆ, ਜਿਉਂਦ ਹੋ ਗਿਆ, ਬੱਲੋ ਹੋ ਗਿਆ ਜੀ, ਅਤੇ ਚੰਗੇ ਜਾਣੀ ਕਿ ਵਧੀਆ ਇੱਥੇ ਬੇਗੇ ਵਧੀਆ ਬਾਜ਼ੀਆਂ ਟੋਪ ਦੀਆਂ ਹੁੰਦੀਆਂ, ਜਿਹਨਾਂ 'ਚ ਨਾਮੀ ਪਲੇਅਰ ਹੁੰਦੇ ਸੀ, ਡੀ ਸੀ ਬੇਗਾ ਹੋ ਗਿਆ, ਬਲਵੀਰ ਗੋਸਲ, ਅਮਰੀ ਬੇਗਾ, ਯਾਦਵਿੰਦਰ ਪੀਰਕੋਟ, ਜਿੰਨੇ ਵੀ ਸਾਡੇ ਸਤਿਕਾਰਯੋਗ ਹੋਰ ਕਈ ਵਾਰੀ ਕਿਸੇ ਦਾ ਨਾਂ ਰਹਿ ਜਾਂਦਾ ਬੋਲੇ, ਉਹਨਾਂ ਚੰਗੀਆਂ ਬਾਜ਼ੀਆਂ ਕਰਾਉਂਦੇ ਸੀ, ਵਧੀਆ ਟੋਪ ਦੀਆਂ, ਜੰਟੀ ਜਿਉਂ ਦੇ ਫਾਦਰ ਸਾਹਿਬ ਸੀ, ਕਿਉਂਕਿ ਬਹੁਤ ਟੋਪ ਦੀਆਂ ਬਾਜ਼ੀਆਂ ਹੁੰਦੀਆਂ ਸੀ ਸਾਡੇ ਏਰੀਏ ਦੇ ਵਿੱਚ, ਯਾਨੀ ਕਿ ਬਾਜ਼ੀਆਂ ਵਾਲਾ ਰੁਝਾਨ ਆ ਜਿਹੜਾ ਸਾਡੇ ਏਰੀਏ ਦੇ ਵਿੱਚ ਬਹੁਤ ਘੱਟ ਚੁੱਕੇ। ਅਸੀਂ ਇਹੀ ਕਹਿੰਦੇ ਹਾਂ, ਅਪੀਲ ਕਰਦੇ ਹਾਂ ਵੀ ਏਰੀਏ ਦੇ ਵਿੱਚ ਜ਼ਿਆਦਾਤਰ ਬਾਜ਼ੀਆਂ ਚੰਗੀਆਂ ਹੁੰਦੀਆਂ ਅਤੇ ਬਾਜ਼ੀਆਂ ਹੁੰਦੀਆਂ ਰਹਿਣ। ਠੀਕ ਹੈ ਜੀ, ਇਹ ਤਾਂ ਕਬੂਤਰਬਾਜ਼ੀ ਹੈ ਜਿਹੜਾ, ਇਹਨੂੰ ਉਤਸ਼ਾਹ ਕਰਨ ਲਈ, ਇਹਨੂੰ ਅੱਗੇ ਵਧਾਉਣ ਲਈ। ਦੇਖੋ, ਜੇ ਕਿਸੇ ਨਾਲ ਤੁਹਾਡੀ ਕੋਈ ਗੱਲਬਾਤ ਆ, ਕੋਈ ਤੁਹਾਡੇ ਨਾਲ ਨਹੀਂ ਹੈਗੀ, ਜੇ ਤੁਹਾਨੂੰ ਕੋਈ ਬੰਦਾ ਮਤਲਬ ਕਿ ਵੀ ਮਾੜਾ ਚੰਗਾ ਕੁਛ ਵੀ ਹੈ, ਉਹ ਵੈਸੇ ਜੇ ਹੈ ਕਬੂਤਰਬਾਜ਼ੀ ਦੀ, ਕਬੂਤਰਬਾਜ਼ੀ ਨਾਲ ਕੱਢ ਲਓ, ਕਿਸੇ ਨਾਲ ਲੜੋ ਭੇਡੋ ਨਾ, ਕਬੂਤਰਬਾਜ਼ੀ ਨੂੰ ਉਤਸ਼ਾਹ ਕਰੋ। ਕੋਈ ਮਤਲਬ ਜਿਹੜਾ ਅੱਜ ਦੇ ਯੁੱਗ ਦੇ ਵਿੱਚ ਕਬੂਤਰਬਾਜ਼ੀ ਬਹੁਤ ਹੀ ਉੱਪਰ ਚੱਕਦੀ ਹੈ ਨਾਰੀ ਵੀਰਾਂ ਨੇ, ਕਬੂਤਰਬਾਜ਼ੀ ਦਾ ਸ਼ੌਂਕ ਕਿਹੜਾ, ਕਬੂਤਰਬਾਜ਼ੀ ਦਾ, ਕਬੂਤਰਬਾਜ਼ੀ 'ਤੇ ਕੀ ਸੀਮਤ ਰਹੋ, ਕਬੂਤਰਬਾਜ਼ੀ ਆ ਜੇ ਆਪਣੀ ਨਹੀਂ ਕਿਸੇ ਨਾਲ ਨਹੀਂ ਬੋਲਦੇ ਆਪਾਂ, ਕਬੂਤਰਬਾਜ਼ੀ 'ਚ ਕੱਢ ਲਓ ਅਤੇ ਨਾ ਵੰਡੋਬਾਜ਼ੀ, ਇਹਦੇ 'ਚ ਕੀ ਹੋਊਗਾ ਜੀ। ਵਧੀਆ ਸ਼ੌਂਕ ਰੱਖੋ ਜੀ, ਮਿਹਨਤ ਕਰਵਾਓ ਜੀ। ਜੇਕਰ ਕੋਈ ਬੰਦਾ ਕਹਿੰਦਾ ਨਾ ਮੈਂ ਰਾਤੇ ਰਾਤ ਸਟਾਰ ਬਣ ਗਿਆ, ਹੁਣ ਬਲਵੀਰ ਗੋਸਲਾ ਜੀ ਨੇ ਤੁਹਾਨੂੰ ਦੱਸਿਆ, ਜੇ ਸੋਚਾਂ ਵੀ ਮੈਂ ਬਲਵੀਰ ਗੋਸਲ ਬਣ ਜਾ, ਮਿਹਨਤ ਕਰਨੀ ਪੈਣੀ ਹੈ, ਮਿਹਨਤ ਤੋਂ ਬਿਨਾਂ ਕੁਛ ਨਹੀਂ, ਨਾ ਬਣਨਾ ਮਿਹਨਤ ਨਾਲ ਆ ਜੀ। ਇਹਨਾਂ ਨੇ ਅੱਜ ਪੈਸੇ ਲਾਏ ਆ, ਇਹਨਾਂ ਨੇ ਮਿਹਨਤ ਕਰੀ ਹੈ, ਅਤੇ ਬਾਜ਼ੀਆਂ ਕਰਾਓ ਜੀ, ਵਧੀਆ ਦਿਲੋਂ ਸੱਚੇ ਹੋ ਕੇ, ਸੱਚੇ ਮਨ ਨਾਲ ਆਪਾਂ ਬਾਜ਼ੀਆਂ ਕਰਾਓ ਜੀ, ਚੰਗੇ ਕਲੱਬ ਬਣਾਓ, ਕਲੱਬ ਬਣਾ ਕੇ, ਹੁਣ ਜਿਵੇਂ ਆਪਣੇ 5-7 ਕਲੱਬ ਆ ਜੀ ਚੰਗੇ, ਉਹਨਾਂ ਨੂੰ ਤਰਜੀਹ ਦਿੰਦੇ ਆ ਲੋਕ, ਜਿਵੇਂ 2010-11 ਦੇ ਵਿੱਚ ਘਣੀਆਂ ਕਲੱਬ ਨੇ ਸ਼ੁਰੂਆਤ ਕਰੀ ਹੈ ਜੀ, ਉਹਨਾਂ ਦੇ ਵਿੱਚ ਜਦੋਂ ਜਿਹੜਾ ਬੰਦਾ ਮੋਢੀ ਹੈ ਉਹਨਾਂ ਦਾ, ਉਹ ਤੇਜ਼ ਘਣੀਆਂ ਗਿੱਲਬਾਜ਼ਾਂ ਕਰਨ, ਉਹਨਾਂ ਨੇ ਬਹਿ ਕੇ ਕਲੱਬ ਬਣਾਇਆ, ਬਹੁਤ ਹੀ ਮਤਲਬ ਕਿ ਉਹਨਾਂ ਨੂੰ ਲੋਕ ਸ਼ਲਾਘਾ ਜੋ ਕੰਮ ਕਹਿੰਦੇ ਆ, ਵੀ ਨਹੀਂ ਹੋਰ ਕੰਮ ਤਾਂ ਆਪਾਂ ਵੇਖ। ਵਧੀਆ ਜੀ, ਹੁਣ ਕੁਛ ਸੱਜਣ ਮਿੱਤਰ ਇਹਨਾਂ ਦੇ ਕੁਛ ਚੇਲੇ ਪਹੁੰਚੇ ਜੀ, ਥੋੜ੍ਹੀ ਜਿਹੀ ਇੰਟਰੋ ਆਪਾਂ ਉਹਨਾਂ ਨਾਲ ਵੀ ਕਰਾਉਣੀ ਆ। ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਦੱਸਿਆ ਸੀ, ਕੀ ਨਾਂ ਜੀ ਆਪਣਾ? ਜਗਮੀਤ। ਅਤੇ ਕਿਹੜੇ ਸਨ 'ਚ ਗੁਰੂ ਧਾਰਿਆ ਜੀ ਤੁਸੀਂ ਬਲਵੀਰ ਜੀ ਨੂੰ? 2008 ਦੇ ਵਿੱਚ। 2008 ਦੇ ਵਿੱਚ ਜੀ, 11 ਸਾਲ ਹੋ ਗਏ। ਅਤੇ ਤੁਸੀਂ ਵੀ ਬਾਜ਼ੀਆਂ ਇਹਨਾਂ ਦੀ ਤਰ੍ਹਾਂ ਜਿੱਤ ਰਹੇ ਹੋ, ਨਾਂ ਰੋਸ਼ਨ ਕਰ ਰਹੇ ਹੋ, ਪੂਰਾ ਵਧੀਆ ਸਹਿਯੋਗ ਮਿਲਦਾ ਜਿੱਥੇ ਜਾਂਦੇ ਹੋ ਵੀ ਇਹ ਬਾਈ ਜੀ ਬਲਵੀਰ ਦਾ ਚੇਲਾ। ਹਾਂਜੀ, ਬਹੁਤ ਵਧੀਆ, ਪੂਰੀ ਪਹਿਚਾਣ ਬਣਦੀ ਹੈ ਜੀ। ਹਾਂਜੀ, ਕੋਈ ਮੈਸੇਜ ਬਾਈ ਜੀ ਬਾਰੇ ਕੁਛ, ਦੋ ਸ਼ਬਦ ਕਹੋ। ਬਹੁਤ ਵਧੀਆ ਇਨਸਾਨ ਹੈ ਜੀ, ਜੀ ਮਿਲਵਰਤਨ ਵਾਲੇ ਬੰਦੇ ਆ ਜੀ, ਬਾਜੀ 'ਤੇ ਕਦੇ ਕਿਸੇ ਨਾਲ ਬਹਿਸ ਨਹੀਂ ਕਰੀ ਜੀ। ਜੇ ਮੰਨ ਲਓ ਕਬੂਤਰ ਆਪਦਾ ਬਹਿ ਗਿਆ, ਕਿਸੇ ਨੇ ਕਹਿਤਾ ਬਹਿ ਗਿਆ, ਤਾਂ ਠੀਕ ਹੈ ਵੀ ਬਹਿ ਗਿਆ, ਮੰਨ ਲਿਆ, ਇਹ ਨਹੀਂ ਕਿਹਾ ਵੀ ਸਾਡਾ ਉਹ ਫਿਰਦਾ ਜਾਂ ਰੌਲੇ ਵਾਲੀ ਗੱਲ। ਬਹੁਤ ਵਧੀਆ ਗੱਲ ਹੈ ਜੀ। ਅਤੇ ਕੁਛ ਵੀਰ ਆਪਣੇ ਬੈਠੋ, ਤੁਸੀਂ ਹੋਰ ਵੀ ਆਏ ਹੋਏ ਆ ਸੱਜਣ ਮਿੱਤਰ ਪਿੱਛੇ ਆਪਣੇ ਖੜੇ ਆ, ਕੀ ਨਾਂ ਜੀ ਆਪਣਾ? ਜਸਵੀਰ ਸਿੰਘ। ਔਲਖ ਕਿਹੜੀ ਜਗ੍ਹਾ ਤੋਂ ਬਾਈ? ਕੋਟਸ਼ਮੀਰ ਤੋਂ। ਬਾਈ ਜੀ ਨਾਲ ਫਰੈਂਡ ਹੋ ਬਾਈ ਜੀ ਦੇ? ਆਪਣੇ ਕਬੂਤਰ ਰੱਖੇ ਜੀ? ਹਾਂਜੀ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ ਜੀ। ਅਤੇ ਆਪਾਂ ਜੀ ਆਪਣੇ ਤਾਂ ਗੁਆਂਢੀ ਆ ਜੀ, ਪਿੰਡ ਦਾ ਤੁਹਾਡੇ ਗੁਆਂਢੀ ਆ ਜੀ? ਠੀਕ ਹੈ ਜੀ। ਸਮਾਈਲ ਦੇਖੋ, ਕਦੇ ਕਬੂਤਰ ਨੀ ਗੁਆਚਣ ਦਿੰਦਾ, ਚੜ ਜਾਂਦੇ ਜੀ,
ਬੜੀ ਖੁਸ਼ੀ ਕੀ ਨਾ ਆਪਣਾ ਦੇਵ ਤਰੀਕਿਆਂ ਵਾਲਾ ਲਓ ਜੀ ਅੱਜ ਤੋਂ ਬਾਅਦ ਤੁਹਾਨੂੰ ਪਿੰਡ ਦੇ ਵਿੱਚ ਦੇਵ ਤਰੀਕਿਆਂ ਵਾਲੇ ਕਹਿਣਗੇ ਆਉਂਦੇ ਜਿਹੜੀ ਸ਼ਨੀਵਾਰ ਆਪਣੀ ਮੂਵੀ ਆ ਜਾਣੀ ਹੈ ਅਤੇ ਆ ਵੇਖੋ ਜੀ ਤੁਸੀਂ ਇੰਗਲਿਸ਼ ਮੈਨੂੰ ਆਉਂਦੀ ਨਹੀਂ ਪਰ ਲਿਖਿਆ ਕੋਈ ਕਾਫੀ ਕੁਛ ਵਧੀਆ ਗਿਆ ਮੈਨੂੰ ਲੱਗਦਾ ਵੀ ਹਿੱਲ ਸਟਾਰ ਕੰਪਨੀ ਹੈ ਠੀਕ ਹੈ ਜੀ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਬੜੀ ਖੁਸ਼ੀ ਹੋਈ ਹਾਂਜੀ 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 ਹੋਰ ਵੀ ਸੱਜਣ ਮਿੱਤਰ ਕੁਛ ਇੱਧਰ ਵੀਰ ਹੋਰ ਬੈਠੇ ਆ ਕੀ ਨਾਂ ਜੀ ਆਪਣਾ ਮੇਰਾ ਨਾਮ ਇੰਦਰਜੀਤ ਹੈ ਇੰਦਰਜੀਤ ਸਿੰਘ ਤੁਸੀਂ ਅੱਜ ਪਹੁੰਚੋ ਬਾਈ ਜੀ ਕੋਲ ਪੁੱਤਰ ਰੱਖੇ ਜੀ ਆਪਣੇ ਕਿਹੜੇ ਪਿੰਡ ਤੋਂ ਆਪਣਾ ਮਾਮੀ ਹੈ ਜੀ ਸੇਮੇ ਕਲਾ ਤੋਂ ਸੇਮੇ ਕਲਾ ਤੋਂ ਹਾਂ ਜੀ ਠੀਕ ਹੈ ਜੀ ਆਪਣਾ ਨਾਮ ਜੀਵਨ ਸਿੰਘ ਜੀਵਨ ਸਿੰਘ ਆਪਾਂ ਕਿੱਥੋਂ ਜੀ ਸੇਮੇ ਤੋਂ ਆਪਣੇ ਵੀ ਕਬੂਤਰ ਰੱਖੇ ਜੀ ਬਾਈ ਜੀ ਨਾਲ ਦੋਸਤੀ ਆ ਹਾਂਜੀ ਠੀਕ ਹੈ ਜੀ ਤੇ ਇਹਨਾਂ ਨੂੰ ਤਾਂ ਤੁਸੀਂ ਆਪਾਂ ਦੁਬਾਰਾ ਫਿਰ ਇੰਟਰੋ ਕਰਾਉਂਦੇ ਹਾਂ ਜੀ ਇੱਕ ਵਾਰੀ ਤੁਹਾਨੂੰ ਕੀ ਨਾਂ ਹੈ ਜੀ ਆਪਣਾ ਬਲਜਿੰਦਰ ਸਿੰਘ ਹੈ ਜੀ ਹੁਣੇ ਆਪਾਂ ਇਹਨਾਂ ਦੀ ਪਹਿਲਾਂ ਜਿਹੜੀ ਇੰਟਰਵਿਊ ਕਰਕੇ ਆਏ ਬਾਈ ਜੀ ਬਲਜਿੰਦਰ ਸਿੰਘ ਚੱਕ ਬਖਤੂ ਜੋ ਕਿ ਇਹਨਾਂ ਕੋਲੇ ਅਤੇ ਬਾਈ ਜੀ ਬਲਵੀਰ ਕੋਲੇ ਇੱਕੋ ਹੀ ਕਬੂਤਰ ਆ ਕਿਉਂਕਿ ਪਹਿਲਾਂ ਜਿਨ੍ਹਾਂ ਨੇ ਜ਼ਿਕਰ ਕੀਤਾ ਸੀ ਦੁਕਾਨ ਖੋਲ੍ਹ ਲਈ ਕਰਿਆਨੇ ਦੀ ਕੀ ਨਾਮ ਸੀ ਨਾਮ ਭੁੱਲ ਗਿਆ ਜੀ ਚੱਠਾ ਬਾਈ ਅਤੇ ਬਾਈ ਬਲਵੀਰ ਦੇ ਇਕੱਠੇ ਰੱਖੇ ਹੁੰਦੇ ਸੀ ਕਬੂਤਰ ਸੋ ਚੱਠੇ ਬਾਈ ਨੇ ਇਹਨਾਂ ਨੂੰ ਦੇ ਤੇ ਸੀ ਬਾਈ ਜੀ ਹੋਰਾਂ ਨੂੰ ਕਬੂਤਰ ਸੋ ਨਾਲ ਇੱਕ ਬਾਪੂ ਜੀ ਵੇਖ ਰਹੇ ਆ ਕਾਫੀ ਚਿਰ ਦੇ ਬਾਪੂ ਜੀ ਨਾਲ ਵੀ ਗੱਲ ਕਰਦੇ ਹਾਂ ਜੀ ਆਪਾਂ ਖੇਤੀ ਕਰਦਾ ਇਹਨਾਂ ਨੇ ਕਬੂਤਰ ਰੱਖੇ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਵਧੀਆ ਕੰਮ ਕਰਦੇ ਜੀ ਖੇਤੀ ਵੀ ਕਰਦੇ ਨਾਲ ਜੀ 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 ਬਹੁਤ ਤਗੜੀ ਖੇਤੀ ਹੈ ਸਾਡੀ ਜੀ ਜੀ ਸਾਰਾ ਸੰਦ ਬੰਦ ਬਣੇ ਪਏ ਨੇ ਜੀ ਤੇ ਕਬੂਤਰ ਵਾਲਿਆਂ ਨੂੰ ਪਹਿਲਾਂ ਤਾਂ ਸ਼ੌਂਕ ਹੈ ਇੱਕ ਦੋ ਵਾਰੀ ਮੈਂ ਪਹਿਲਾਂ ਛੜਾਏ ਵੀ ਸੀ ਅੱਛਾ ਜੀ ਨਿੱਕੇ ਹੁੰਦੇ ਨੂੰ ਵੀ ਛੱਡਦੇ ਤੇ ਫਿਰ ਇਹਨੂੰ ਸ਼ੌਂਕ ਪੈ ਗਿਆ ਆਪਾਂ ਕਹਿੰਦੇ ਵੀ ਜਿਵੇਂ ਮਰਜ਼ੀ ਡਾ ਆਪਾਂ ਦੇ ਜਦੋਂ ਬਾਈ ਬਲਵੀਰ ਬਾਜ਼ੀਆਂ ਜਿੱਤ ਕੇ ਆਉਂਦਾ ਸੀ ਉਦੋਂ ਫਿਰ ਤੁਹਾਨੂੰ ਖੁਸ਼ੀ ਥੋੜੀ ਜਿਹੀ ਸ਼ੌਕ ਤੁਹਾਨੂੰ ਨਹੀਂ ਵਧਿਆ ਵੀ ਹੁਣ ਚਲੋ ਪੂਰਾ ਹੀ ਸ਼ੌਕ ਹੁੰਦਾ ਪੂਰਾ ਸ਼ੌਕ ਹੁੰਦਾ ਸੀ ਆਉਂਦੇ ਨੂੰ ਪੇਗ ਪੂਗ ਲਾ ਕੇ ਬੈਠੇ ਹੁੰਦੇ ਅੱਛਾ ਜੀ ਵਾਹ ਜੀ ਵਾਹ 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 ਤੇ ਜਦੋਂ ਬਾਈ ਬਾਜ਼ੀਆਂ ਤੇ ਜਾ ਵੜਦਾ ਬਲਵੀਰ ਤੇ ਮੈਨੂੰ ਲੱਗਦਾ ਵੀ ਤੁਸੀਂ ਬਦਾਮ ਬਦੂਮ ਮਗਰੋਂ ਕੱਟ ਕੇ ਪਾ ਦਿੰਦੇ ਹੋ ਜਾਂ ਉਹ ਨਹੀਂ ਕੰਮ ਕਰਦੇ ਬੰਦਾ ਵੀ ਰੱਖਿਆ ਹੁੰਦੇ ਨਾਲ ਹੱਥ ਫਰ ਸੀ ਲਵਾ ਦੇਈਦਾ ਲਵਾ ਦੇਈਦਾ ਸੀ ਮਤਲਬ ਤੁਸੀਂ ਵੀ ਥੋੜਾ ਜਿਹਾ ਸ਼ੌਕ ਤੁਹਾਨੂੰ ਚਲੋ ਆਪਣੇ ਬੇਟੇ ਦੇ ਰੱਖੇ ਆ ਜੀ ਸੋ ਬਹੁਤ ਵਧੀਆ ਗੱਲ ਹੈ ਜੀ ਬਾਪੂ ਜੀ ਜਿਹੜੇ ਕਿ ਵੇਖੋ ਹਰ ਇੱਕ ਮਾਂ ਬਾਪ ਦਾ ਫਰਜ਼ ਹੁੰਦਾ ਕਿ ਸਾਡਾ ਬੱਚਾ ਪੜ੍ਹੇ ਲਿਖੇ ਕੰਮ ਕਰੇ ਲੇਕਿਨ ਬਾਪੂ ਜੀ ਦਾ ਕਹਿਣਾ ਕਿ ਬਾਈ ਬਲਵੀਰ ਹੈ ਜਿਹੜਾ ਖੇਤੀ ਦਾ ਵੀ ਟੌਪ ਦਾ ਕੰਮ ਹੈ ਇਹਨਾਂ ਦਾ ਕਬੂਤਰਬਾਜ਼ੀ ਵੀ ਸ਼ੌਕ ਨਾਲ ਕਰਦੇ ਆ ਸੋ ਬੜਾ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਜੀ ਚਲੋ ਪਰਮਾਤਮਾ ਨੇ ਜੋ ਕੁਛ ਦਿੱਤਾ ਸਭ ਕੁਛ ਬਹੁਤ ਵਧੀਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਆਪਣੇ ਬਲਵੀਰ ਜੀ ਦੇ ਬਾਪੂ ਜੀ ਸੋ ਬਹੁਤ ਵਧੀਆ ਜੀ ਖੁਸ਼ੀ ਜੋ ਚਾਹੀਦੀ ਨਾ ਜਿਵੇਂ ਕਹਿੰਦੇ ਇਨਸਾਨ ਨੂੰ ਜੇ ਘਰ ਦੇ ਵਿੱਚ ਖੁਸ਼ੀ ਨਾ ਹੋਵੇ ਤਾਂ ਸ਼ੌਕ ਵੀ ਅਧੂਰਾ ਰਹਿ ਜਾਂਦਾ ਸੋ ਜਿਹੜਾ ਇਹ ਸਹਿਯੋਗ ਦੇ ਰਹੇ ਨੇ ਬਹੁਤ ਵਧੀਆ ਗੱਲ ਹੈ ਜੀ ਤੁਹਾਡੀ ਥੈਂਕ ਯੂ ਜੀ ਹਾਂਜੀ ਵੀਰ ਹੋਰ ਕਾਫੀ ਸਰੀਰ 'ਚ ਵੀ ਵੀਰ ਮੈਨੂੰ ਲੱਗਦਾ ਕਬੱਡੀ ਖਿਡਾਰੀ ਹੋ ਨਹੀਂ ਨਹੀਂ ਅੱਛਾ ਚਲੋ ਕਬੱਡੀ ਕਬੱਡੀ ਦੀ ਗੱਲ ਨਹੀਂ ਹੈ ਵੈਸੇ ਹੀ ਮੈਨੂੰ ਲੱਗਦਾ ਮੁਰਗਾ ਸ਼ੁਰਗਾ ਪਹਿਲਾਂ ਖਾਂਦੇ ਹੋ ਓਕੇ ਓਕੇ ਜੀ ਕੀ ਨਾਂ ਜੀ ਆਪਣਾ ਜੱਗੂ ਜੱਗੂ ਹਾਂਜੀ ਕਿਹੜੇ ਪਿੰਡ ਤੋਂ ਜੀ ਇਹੀ ਪਿੰਡ ਹੈ ਆਹੀ ਪਿੰਡ ਹੈ ਜੀ ਤੁਸੀਂ ਵੀ ਬਾਈ ਜੀ ਨਾਲ ਸ਼ੌਕ ਕਰਦੇ ਹੋ ਪੂਰਾ ਗੁਆਂਢੀ ਹੈ ਪੁੱਤਰਾਂ ਦਾ ਸ਼ੌਕ ਹੈ ਜਾਂ ਵੈਸੇ ਗੁਆਂਢੀ ਦੇ ਨਾਤੇ ਤੇ ਆਏ ਹੋ ਪੁੱਤਰਾਂ ਦਾ ਵੀ ਸ਼ੌਕ ਹੈ ਬਾਈ ਜੀ ਨੇ ਤੁਹਾਨੂੰ ਸ਼ੌਕ ਪਾਤਾ ਤੇ ਭਰਜਾਈ ਡੰਡਾ ਲੈ ਕੇ ਨੀ ਬਾਈ ਦੇ ਮਗਰ ਪੈਂਦੀ ਵੀ ਤੂੰ ਆ ਸਾਨੂੰ ਗੁਆਂਢੀ ਨੂੰ ਕੀਤਾ ਸਾਰੇ ਪਰਿਵਾਰ ਨੂੰ ਸ਼ੌਕ ਹੈ ਜੀ ਬੱਲੇ 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 ਸਾਰੇ ਗੁਆਂਢੀ ਇਹੋ ਜਿਹੇ ਹੁਣ ਤਾਂ ਕਿਆ ਬਾਤ ਹੈ ਕਿਉਂਕਿ ਕਬੂਤਰਾਂ ਵਾਲੇ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਆ ਜੀ ਲੜਾਈਆਂ ਵੀ ਬਹੁਤ ਹੁੰਦੀਆਂ ਔਰ ਜਿਵੇਂ ਕਹਿੰਦੇ ਨਾ ਕਬੂਤਰਾਂ ਵਾਲਾ ਦਾ ਬੇਬੀ ਉਹ ਵਧੀਆ ਲੱਗਿਆ ਜੀ ਤੁਹਾਡੇ ਨਾਲ ਵੀ ਤੁਸੀਂ ਵੀ ਬਾਜ਼ੀਆਂ ਤੇ ਜਾਂਦੇ ਹੋ ਨਾ ਹਾਂਜੀ ਬਾਈ ਜੀ ਵੀ ਤੱਕੜੀ ਵੀ ਹੋਰ ਇੱਕ ਵੀ ਪਿੱਛੇ ਕਿਹੜੇ ਰਹਿ ਗਏ ਸੀ ਆਓ ਜੀ ਇੱਕ ਵੀ ਹੋਰ ਰਹਿ ਗਿਆ ਜੀ ਬਾਈ ਜੀ ਦੇ ਘਰੇ ਆਇਆ ਕੀ ਨਾਂ ਜੀ ਆਪਣਾ ਨਿਰਮਲ ਸਿੰਘ ਕਿਹੜੇ ਪਿੰਡ ਤੋਂ ਗਹਿਰੀ ਬਾਰਾ ਸਿੰਘ ਗਹਿਰੀ ਬਾਰਾ ਸਿੰਘ ਆਪਣੇ ਵੀ ਕਬੂਤਰ ਰੱਖੇ ਹਾਂਜੀ ਛੱਡਦੇ ਹੋ ਬਾਜ਼ੀਆਂ ਬਾਈ ਜੀ ਨਾਲ ਹੀ ਛੱਡਦੇ ਹੁੰਦੇ ਬਾਈ ਜੀ ਦੇ ਨਾਲ ਬਾਈ ਜੀ ਨਾਲ ਹੀ ਬਣਾਉਂਦੇ ਆ ਬਾਈ ਜੀ ਸੋ ਬਹੁਤ ਵਧੀਆ ਜੀ ਬਹੁਤ ਵਧੀਆ ਇਨਸਾਨ ਨੇ ਬਾਈ ਜੀ ਰਲ ਮਿਲ ਕੇ ਅੱਜ ਕੱਲ੍ਹ ਪੁੱਤਰ ਬਾਜੀ ਵੀ ਇਕੱਲੇ ਬੰਦੇ ਦੀ ਖੇਡ ਨਹੀਂ ਰਹੀ ਪੁੱਤਰ ਬਾਜੀ ਵੀ ਜੇ ਤੁਸੀਂ ਅੱਠ ਦਸ ਜਾਣਿਆਂ ਦਾ ਗਰੁੱਪ ਹੈ ਤਾਂ ਤੁਹਾਡੀ ਵਧੀਆ ਉੱਡੂਗੀ ਜੇ
ਗਰੁੱਪ ਦੇ ਵਿੱਚ ਹੈ ਨਹੀਂ ਤਾਂ ਇਕੱਲਾ ਬੰਦਾ ਕੁਛ ਵੀ ਨਹੀਂ ਕਰਨਾ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਜਿੰਨੇ ਵੀ ਹੋਰ ਵੀ ਵੀਰ ਰਹਿੰਦਾ ਠੀਕ ਹੈ ਜੀ ਬੇਟਾ ਜੀ ਲਓ ਜੀ ਆਹ ਬਾਈ ਜੀ ਦਾ ਬੇਟਾ ਲਓ ਜੀ ਅਤੇ ਕੀ ਨਾਂ ਆਪਣਾ ਜਗਮੀਤ ਸਿੰਘ ਯਾਰ ਮੈਨੂੰ ਤਾਂ ਐਂ ਕਰਨੀ ਪੈਂਦੀ ਗੱਲ ਜਗਮੀਤ ਸਿੰਘ ਕੀ ਨਾਂ ਜਗਮੀਤ ਸਿੰਘ ਨਾਂ ਦੱਸਿਆ ਕਿਹੜੀ ਕਲਾਸ 'ਚ ਪੜ੍ਹਦੇ ਬੇਟਾ ਪਲੱਸ ਟੂ ਜੀ ਪਲੱਸ ਟੂ 'ਚ ਪੜ੍ਹਦਾ ਜੀ ਬੇਟਾ ਅਤੇ ਕਬੂਤਰਾਂ ਦਾ ਵੀ ਸ਼ੌਕ ਆ ਤੁਹਾਨੂੰ ਹੈਗਾ ਜੀ ਠੀਕ ਹੈ ਜੀ ਮਤਲਬ ਜਦੋਂ ਸਕੂਲੋਂ ਤੁਸੀਂ ਆ ਜਾਂਦੇ ਹੋ ਉਦੋਂ ਦਾਣੇ ਦਾਣੇ ਅਤੇ ਜਦੋਂ ਦਾ ਸਾਂਭਣ ਲੱਗਿਆ ਜੀ ਬੇਟਾ ਕੋਈ ਬਾਜ਼ੀਆਂ 'ਚ ਫਰਕ ਪਿਆ ਪੈਂਦਾ ਜੀ ਕਿਉਂਕਿ ਇੱਕ ਤਾਂ ਹੁੰਦਾ ਆਪਾਂ ਘਰੋਂ ਸਵੇਰੇ ਛੱਡ ਕੇ ਚੱਲ ਗਏ ਹੁਣ ਬੇਟੇ ਨੇ ਪਾਣੀ ਪਾ ਦੇਣੇ ਬਦਾਮ ਪਾ ਦੇਣੇ ਉਹ ਬਹੁਤ ਵਧੀਆ ਜੀ ਬਹੁਤ ਵਧੀਆ ਕਬੂਤਰਾਂ ਦੀ ਪਹਿਚਾਣ ਆ ਜਾਂਦੀ ਹੁਣ ਆਪਣਾ ਫਲਾਨਾ ਜਿੱਤਿਆ ਸੀ ਆਹ ਫਲਾਨਾ ਜਿੱਤਿਆ ਕਿ ਹਲੇ ਡੈਡੀ ਦੱਸਦੇ ਆ ਹਜੇ ਥੋੜ੍ਹੀ ਘੱਟ ਹੋਣੀ ਜੀ ਹੁਣ ਤਾਂ ਊਂ ਆ ਜਾਂਦੀ ਹੈ ਦਾਣਾ ਪਾਣੀ ਪਾ ਦਿੰਦੇ ਹਾਂ ਬਹੁਤ ਵਧੀਆ ਲੱਗਿਆ ਦੱਬ ਕੇ ਪੜ੍ਹ ਬੇਟਾ ਪਰਮਾਤਮਾ ਲੰਮੀ ਉਮਰ ਕਰੇ ਤਰੱਕੀਆਂ ਦੇਵੇ ਤੈਨੂੰ ਅਤੇ ਆਓ ਹੁਣ ਥੋੜ੍ਹੀਆਂ ਜਿਹੀਆਂ ਹੋਰ ਗੱਲਾਂ ਬਾਤਾਂ ਨਾਲ ਨਾਲ ਇਹਨਾਂ ਦੇ ਵੇਖਦੇ ਹਾਂ ਆਪਾਂ ਕਬੂਤਰ ਆਓ ਜੀ ਹਾਂਜੀ ਇਹ ਆਪਣੇ ਬਾਈ ਜੀ ਬਲਵੀਰ ਗੋਸਰਾਂ ਵਾਲੇ ਜੋ ਕਿ ਉਹਨਾਂ ਦੀਆਂ ਵੱਡੀਆਂ ਕਬੂਤਰੀਆਂ ਜੀ ਆ ਪੱਠੀਆਂ ਜੀ ਇਹਦੇ 'ਚ ਪੱਠੀਆਂ ਜੀ ਇਹਨਾਂ ਦੀਆਂ ਜੋ ਐਤਕੀ ਬਾਜੀ ਛੱਡਣੇ ਉਹ ਵਾਲੇ ਕਬੂਤਰਾਂ ਜੀ ਐਤਕੀ ਜੋ ਇਹਨਾਂ ਨੇ 2019 ਦੇ ਵਿੱਚ ਬਾਜੀ ਕਬੂਤਰ ਛੱਡਣੇ ਹੈ ਇਹ ਪੱਠੀਆਂ ਜੀ ਸਾਰੀਆਂ ਵਿੱਚ ਕਬੂਤਰੀਆਂ ਵੀ ਬਣ ਗਈਆਂ ਅਤੇ ਕੁਛ ਵਿੱਚ ਪੱਠੀਆਂ ਅੱਸੀ ਪਚਾਸੀ ਮਤਲਬ 100 ਦੇ ਨੇੜੇ ਬੱਚਾ ਕਢਾਉਂਦੇ ਹਾਂ ਠੀਕ ਹੈ ਜੀ ਅਤੇ ਇਹ ਕਿਹੜੀ ਆਪਣੇ ਨਸਲ ਜ਼ਿਆਦਾ ਜਿਹੜੀ ਆਪਣੇ ਕੋਲ ਕਿਹੜੀ ਹੈ ਆਪਣੇ ਕੋਲ ਰਾਜਨਾਲ ਵਾਲੀ ਗੱਲ ਬਾਕੀ ਕੁਛ ਇਹਦੇ 'ਚ ਹੋਣਗੇ ਜਿਹੜੇ ਕੋਈ ਪਿਛਲੇ ਸਾਲ ਜਾਂ ਉਦੋਂ ਪਹਿਲਾਂ ਛੱਡੇ ਹੈ ਪੱਠੇ ਇਹਨਾਂ 'ਚ ਨਹੀਂ ਇਹਨਾਂ 'ਚ ਨਵਾਂ ਹੀ ਹੈ ਪੁਰਾਣਾ ਕੋਈ ਨਹੀਂ ਪੁਰਾਣਾ ਕੋਈ ਨਹੀਂ ਠੀਕ ਹੈ ਇਹਨਾਂ 'ਚ ਕਬੂਤਰ ਉਹ ਬੱਚੀ ਕੱਢਣਾ ਠੀਕ ਹੈ ਜੀ ਪਿਛਲੀ ਵਾਰ 3-4 ਜਿੱਤਗੀ ਬੱਚੀ ਜੋ ਕਿ ਇਸਮੇ ਖੁਰਾਕ ਪਾਉਣੇ ਨਾਲ ਖਾਈ ਜਾਂਦੀ ਠੀਕ ਹੈ ਜੀ ਖੁਰਾਕ ਕਰਕੇ ਇਹਨਾਂ ਦੇ ਵਿੱਚ ਛੱਡਤੀ ਦੂਜਾ ਜਿਹੜਾ ਖੁੱਡਾ ਨਰਾਂ ਦਾ ਜੀ ਹਾਂਜੀ ਇਹਦੇ 'ਚ ਵੀ ਐਤਕੀ ਦੇ ਪੱਠੇ ਜਾਂ ਵੱਡੇ ਨਰ ਹੈ ਦੋ ਪਿਛਲੇ ਸਾਲ ਵਾਲੇ ਸਾਰੇ ਲਓ ਜੀ ਆਹ ਵੀ ਜੋ ਐਤਕੀ ਬਾਈ ਜੀ ਨੇ ਨਰ ਹੈ ਜਿਹੜੇ ਅਲੱਗ ਖੁੱਡੇ ਦੇ ਵਿੱਚ ਜੋ ਕਿ ਬਾਜੀਆਂ ਐਤਕੀ ਇਹਨਾਂ ਨੇ ਛੱਡਣੀਆਂ ਉਹਨਾਂ ਵਾਸਤੇ ਜਿਹੜੇ ਬੱਚੇ ਕਢਾਏ ਆ ਜੀ ਖਾਸ ਮਕਸਦ ਲਈ ਪਾਈ ਆ ਜਾਂ ਵੈਸੇ ਹੀ ਸਾਡੇ ਨਾਲ ਆਈ ਵਾਰ ਫੰਕਸ਼ਨਾਂ ਹੋ ਜਾਂਦੀਆਂ ਜੀ ਠੀਕ ਹੈ ਜੀ ਬਾਜੀਆਂ ਜੋ ਛੱਡਦੇ ਹਾਂ ਆਪਾਂ ਜੀ ਐਤਕੀ ਪਹਿਲੀ ਵਾਰੀ ਧੂਰਪੁਰ ਛੱਡੀ 92 ਕਬੂਤਰ ਸੀ ਉਹ ਮੈਂ ਤੇ ਅਮਰੀ ਨੇ ਸਾਂਝੀ ਕਰੀ ਜੀ ਉਸ ਤੋਂ ਬਾਅਦ ਸਾਰਿਆਂ ਨੇ ਫਿਰ ਫੰਕਸ਼ਨਾਂ ਹੋਣੀਆਂ ਜੀ ਕਬੂਤਰ ਫਿਰ ਮੈਂ ਛੱਡੇ ਜੀ ਹੋਰਾਂ ਤੋਂ ਲੈ ਕੇ ਠੰਡੀ ਵੀ ਰਹਿੰਦੀ ਹੈ ਠੰਡੀ ਰਹਿੰਦੀ ਹੈ ਜੀ ਜ਼ਿਆਦਾ ਜੀ ਐਤਕੀ ਬਦਲਤੀ ਜੀ ਹਾਂ ਇਹ ਠੰਡੀ ਬਹੁਤ ਵਧੀਆ ਰਹਿੰਦੀ ਹੈ ਜੀ ਜੋ ਇਹਨਾਂ ਨੇ ਕਾਨਿਆਂ ਦੀ ਛੱਤ ਪਾਈ ਹੈ ਜੀ ਬਹੁਤ ਵਧੀਆ ਜਿਹੜੀ ਕਿਉਂਕਿ ਪਹਿਲਾਂ ਆਪਾਂ ਕਾਨਿਆਂ ਦੀ ਪਾਉਂਦੇ ਸੀ ਜੀ ਪੁਰਾਣੇ ਜਦੋਂ ਆਪਣੇ ਕੱਚੇ ਮਕਾਨ ਹੁੰਦੇ ਸੀ ਖੁੱਡਾ ਤਪਦਾ ਘੱਟ ਹੈ ਜੀ ਇਹਦੇ ਨਾਲ ਤਪਣ ਕਰਕੇ ਫਿਰਸੀਆਂ ਵੀ ਜ਼ਿਆਦਾ ਗਰਮੀ ਨਾਲ Thank you.
ਹੋਣਾ ਹਾ ਆਪਣੇ ਕੋਲ ਗਏ ਕਿਹੜੇ ਕਬੂਤਰ ਹੈ ਜੀ ਜਿਹੜੇ ਤੁਸੀਂ ਹੁਣ ਆਪਾਂ ਨੂੰ ਵਿਖਾ ਰਹੇ ਹੋ? ਇਹਨਾਂ ਜਿਹੜੀ ਇੱਕ ਤਾਂ ਹੈਗਾ ਜੀ ਰਾਜਾ ਰਾਜ ਆਪਣੇ ਕੋਲ ਪਹਿਲਾਂ ਜੀ, ਇੱਕ ਆਪਣੇ ਕੋਲ ਸੰਤੋਖ ਲਿੰਗ ਘਰਾਣਾ ਜੀ, ਬਾਪੂ ਨਿੰਗ ਦੇ ਕਬੂਤਰ ਵੀ ਆ ਤੁਹਾਡੇ ਕੋਲ ਹੈਗੇ ਜੀ? ਉਹਨਾਂ ਦਾ ਦੋਵਾਂ ਦੇ ਜੀ ਬਲੱਡ ਬਣਾਇਆ ਜੀ ਜੀ, ਹੋਰ ਕੋਈ ਵਾਲਾ ਹੈ ਨਹੀਂ ਆਪਣੇ ਕੋਲ। ਠੀਕ, ਤੇ ਜਿਹੜੇ ਆਹ ਵਿੱਚ ਕੁਛ ਆਪਾਂ ਵੇਖ ਰਹੇ ਹਾਂ, ਇੱਕ ਗੁੱਲ ਹੈ, ਇੱਕ ਆ ਚੀਨਾ ਹੈ, ਚੀਨਾ ਤਾਂ ਸ਼ਾਇਦ ਰਾਜ ਨਾਲ ਜੀ ਹੋਊਗਾ। ਮੈਂ ਕਬੂਤਰੀ ਲੈ ਗਿਆ ਸੀ ਬਾਈ ਤੋਂ, ਮਲਾਈ ਆ ਕਬੂਤਰ ਦੇ ਨਾਲ, ਬੱਚੇ ਕੱਢਿਆ, ਉਹਨੇ ਦੋ ਆਂਡੇ ਲਾਈ ਬੈਠੀ ਆ। ਪਿਛਲੇ ਸਾਲ ਦੋ ਬੱਚੇ ਕੱਢੇ ਸੀ ਤੇ ਦੋਨੇ ਬਹੁਤ ਚੰਗੇ ਉੱਡੇ ਸੀ ਮੇਰੇ ਕੋਲੇ ਵੀ। ਬਾਲੀ ਦੇ ਕਬੂਤਰ ਚੰਗੇ ਆ। ਦੱਸਦੀ ਹੈ ਜੀ ਕਿ ਜਿਹੜੇ ਜੰਟੇ ਵਾਲੇ ਕਬੂਤਰ, ਮੌਕਾ ਮਿਲਿਆ ਆਪਾਂ ਬਾਈ ਕੋਲੇ ਵੀ ਜਾ ਕੇ ਆਵਾਂਗੇ ਇੱਕ ਦਿਨ ਬਾਲੀ ਕੋਲੇ, ਜੋ ਜੰਟੇ ਵਾਲੇ ਕਬੂਤਰ ਹੈ, ਲੱਕੇ ਕਬੂਤਰ ਬਾਈ ਬਾਲੀ ਕੋਲੇ, ਤੁਸੀਂ ਪਾਓ ਨੀ ਜਾਣਨਾ ਉਹਨਾਂ ਕਬੂਤਰਾਂ ਬਾਰੇ, ਕਿੱਥੋਂ ਲਏ ਸੀ? ਸਤਿ ਸ਼੍ਰੀ ਅਕਾਲ ਜੀ ਬਾਈ। ਹਾਂਜੀ, ਆਪਾਂ ਜੀ ਬਾਈ, ਪਹਿਲਾਂ ਤਾਂ ਬਾਈ ਭਿੰਦਰ ਚਾਗੜਾ ਵਾ, ਇਹਨਾਂ ਦੀ ਕੰਪਨੀ ਦਾ, ਇਹਨਾਂ ਦਾ ਗਰੁੱਪ ਦਾ ਬਹੁਤ ਧੰਨਵਾਦ ਕਰਦੇ ਇੱਥੇ ਪਹੁੰਚਣ ਤੇ ਜੀ, ਅਤੇ ਬਾਈ ਬਲਵੀਰ ਵਸੂ ਵੱਲੋਂ। ਬਾਈ, ਉਹ ਆਪਾਂ ਕਬੂਤਰ ਜਿਹੜੇ ਕਹਿੰਦੇ ਆ ਜੰਟੇ ਵਾਲੇ, ਉਹ ਕਬੂਤਰ ਆਪਾਂ ਬਾਈ ਜੀਤ ਸਿੰਘ ਵਹਿਣੀਆਂ ਦਾ ਹੋਇਆ, ਉਹਨਾਂ ਦੇ ਘਰੋਂ ਕਬੂਤਰ ਲਏ, ਉਹਨਾਂ ਦੇ ਘਰੋਂ ਕਬੂਤਰ ਲਏ ਸੀਗੇ ਜੀ, ਪੁਰਾਣੇ ਕਬੂਤਰ ਹੈ, ਅਤੇ ਫਿਰ ਆਪਣਾ ਬਾਈ ਨਾਲ ਪ੍ਰੇਮ ਹੈ, ਇਹ ਆਪਾਂ ਤੋਂ ਵੀ ਲੈ ਕੇ ਆਏ ਸੀ, ਆਪਾਂ ਇਹਨਾਂ ਤੋਂ ਵੀ ਕਬੂਤਰ ਲੈ ਗਏ ਸੀ, ਇਹਨਾਂ ਨੇ ਆਪਾਂ ਨੂੰ ਦੋ ਕਬੂਤਰ ਦਿੱਤੇ, ਕੁੱਤਿਆਂ ਦੀ ਮਾਂ ਆਪਣੀ ਘਰੇ ਲਈ ਗਈ ਸੀ, ਇੱਕ ਇਹਨਾਂ ਦੀ ਕੱਟਿੰਗ ਵਾਲੀ ਕਬੂਤਰੀ ਹੋਰ ਸੀ, ਉਹ ਗਈ ਸੀ, ਆਪਣਾ ਵਧੀਆ ਇੱਧਰ ਪ੍ਰੇਮ ਹੈ ਇਹਨਾਂ ਨਾਲ ਜੀ, ਇਕੱਠੇ ਬਾਰੀਆਂ ਛੱਡਦੇ ਹਾਂ, ਸਾਡੀਆਂ ਬਾਰੀਆਂ ਸਾਂਝੀਆਂ ਵੀ ਹੁੰਦੀਆਂ ਜੀ ਵਧੀਆ, ਯਾਨੀ ਕਿ ਵਧੀਆ, ਮਤਲਬ ਕਿ ਇਹਨਾਂ ਕੋਲ ਜਿਹੜਾ ਰਾਜਨ ਵਾਲੇ ਕਬੂਤਰ ਹੈ, ਰਾਜਨ ਵਾਲੇ ਤਿੰਨੇ ਗਲਾਂ ਦਾ ਗੜ ਇੱਥੇ ਹੈ, ਇੱਥੇ ਇੱਥੇ, ਮਤਲਬ ਸ਼ੁਰੂਆਤ ਵੀ ਇੱਥੋਂ ਹੁੰਦੀ ਹੈ ਅੱਜ ਦੀ ਘੜੀ, ਅਤੇ ਖਤਮ ਵੀ ਇੱਥੇ ਹੀ ਹੁੰਦੀ ਹੈ, ਜਿਹੜੇ ਰਾਜਨ ਵਾਲੇ ਕਬੂਤਰ ਹੈ ਉਹਨਾਂ ਦਾ ਗੜ ਬਲਵੀਰ ਗੋਸਲ ਹੈ। ਖੜੇ ਕਸ਼ਮੀਰ ਹੋਰ ਵੀ ਆਪਣੇ ਨਾਲ, ਪਰ ਇਹਨਾਂ ਨਾਲ ਆਪਾਂ ਗੱਲਬਾਤ ਜਿਹੜੀ ਬਾਹਰ ਕਰਾਂਗੇ, ਉਹਨੇ ਆਪਣੇ ਆਪਣੇ ਕੈਮਰਾਮੈਨ ਜੀ ਵਿਖਾਓ ਤੁਸੀਂ, ਜਿਹੜੇ ਇਹਨਾਂ ਦੇ ਮੇਨ ਇੱਥੇ ਕਬੂਤਰ ਹੈ, ਜੋੜੀਆਂ ਲੱਗੀਆਂ ਹੋਈਆਂ ਉਹਨਾਂ ਦੇ ਚਰਨ ਆਪਾਂ ਲਗਾ ਰਹੇ ਹਾਂ ਜੀ। ਇਹਦੇ ਵਿੱਚ ਬਾਈ ਜੀ ਕਿਹੜੇ ਕਿਹੜੇ ਆ, ਹੁਣ ਬੋਲ ਕੇ ਦੱਸੋ ਮਾੜਾ ਜਿਹਾ। ਇਹਦੇ ਵਿੱਚ ਜੀ ਦੋ ਨਸਲ ਦੇ ਕਬੂਤਰ ਆ ਇਹਨਾਂ ਕੋਲ ਜੀ, ਜੀ ਘਰਾਂਗਣੇ ਵਾਲੇ ਨਿੰਗ ਵਾਲੇ ਕਬੂਤਰ ਤੇ ਰਾਜਨ ਬਹਿਣੀ ਆ ਜੀ, ਤੇ ਬਾਕੀ ਜਿਹੜੇ ਆ ਲਾਲ ਚੀਨੇ ਕਬੂਤਰ ਹੈ ਜੀ, ਇਹਨਾਂ ਦੀ ਰਿਸ਼ਤੇਦਾਰੀ ਹੈ ਜੀ, ਇਹਨਾਂ ਦੇ ਨੇੜੇ ਆ ਧੰਨਾ ਜੀ, ਉਹਨਾਂ ਦੇ ਕੋਲ ਇੱਕ ਦੋ ਕਬੂਤਰ ਹੈ, ਬਾਕੀ ਤਕਰੀਬਨ ਸਾਰਾ ਜਿਹੜਾ ਬਲੱਡ ਆ ਜੀ ਇਹਨਾਂ ਕੋਲੇ, ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਜਿਹੜੀ ਬਰੀਡ ਇੱਥੇ ਹੈ ਰਾਜਨ ਵਾਲੀ, ਰਾਜਨ ਤੇ ਰਾਜਨ ਦਾ ਪਿਓਰ ਜਿਹੜਾ ਗੜ ਆ ਉਹ ਇੱਥੇ ਹੈ ਜੀ, ਇੱਥੇ ਹੈ ਪਿਓਰ। ਇਹ ਜੋ ਕਬੂਤਰ ਦੀ ਬਰੀਡ ਵਾਸਤੇ ਰੱਖੀਆਂ ਗਈਆਂ ਕਬੂਤਰੀਆਂ ਜਿਹੜੀਆਂ, ਕੁਛ ਬੱਚੇ ਇਹਨਾਂ 'ਚ ਛੱਡੇ ਗਏ ਆ, ਜੋ ਕਿ ਬਰੀਡ ਵਾਸਤੇ ਛੱਡੇ ਗਏ ਆ, ਲਾਉਣੇ ਨਹੀਂ ਉਹ ਬਾਜ਼ੀਆਂ ਦੇ ਵਿੱਚ। ਨਸਲ ਇਹਨਾਂ ਦੇ ਦੱਸਣ ਦੇ ਮੁਤਾਬਕ ਜੀ, ਜੋ ਰਾਜਨ ਵਾਲੇ ਅਤੇ ਬਾਬੇ ਨਿੰਗ ਵਾਲੇ ਕਬੂਤਰੀ ਆ, ਸਿਰਫ ਕੁਛ ਆਪਣੇ ਜੋ ਬਾਬਾ ਜੀ ਧੰਨਾ ਮਹਿਰਾਜ ਆ ਉਹਨਾਂ ਨਾਲ ਜੁਗਤਦਾਰੀ ਆ, ਬਾਈ ਜੀ ਦੋ ਚਾਰ ਉਹਨਾਂ ਦੇ ਵੀ ਵਿੱਚ ਬਾਕੀ ਤਕਰੀਬਨ ਸਾਰਿਆਂ ਕੋਲ ਰਾਜਨ ਵਾਲੇ ਕਬੂਤਰੀ ਹੈ ਜੀ ਜੀ। ਬੱਚੇ ਕੱਢਦੀ ਹੈ, ਕੱਢਦੀ ਹੈ, ਠੀਕ ਹੈ ਜੀ। ਬੱਚਿਆਂ
ਆ ਜਾਓ ਜੀ ਹੁਣ ਆਪਾਂ ਚੱਲਦੇ ਹਾਂ ਉੱਪਰ ਜਿੱਥੇ ਬਾਈ ਜੀ ਦੇ ਮੇਨ ਜੋੜੇ ਕੁਛ ਹੋਰ ਹੈ ਕੁਛ ਡਾਊਨ ਵਾਲੇ ਹੈ ਉਹ ਦੇਖਦੇ ਹਾਂ ਜੀ ਇੱਕ ਚੀਜ਼ ਹੋਰ ਬਹੁਤ ਵਧੀਆ ਜੋ ਕਿ ਕੱਚੇ ਖੁੱਡੇ ਵੇਖ ਕੇ ਖੁਸ਼ੀ ਹੋਈ ਜੀ ਜਿਹੜੇ ਆਪਾਂ ਕੱਚੇ ਖੁੱਡੇ ਆਮ ਹਠਾੜ ਦੇ ਵਿੱਚ ਵੇਖਣ ਨੂੰ ਮਿਲਦੇ ਹੁੰਦੇ ਸੀ ਜਾਂ ਜਿਹੜੇ ਪਹਿਲਾਂ ਬਜ਼ੁਰਗ ਖਿਡਾਰੀ ਕਬੂਤਰ ਆਪਣੇ ਰੱਖਦੇ ਸੀ ਉਹ ਕੱਚੇ ਖੁੱਡਿਆਂ ਦੇ ਵਿੱਚ ਰੱਖਦੇ ਸੀ ਅਤੇ ਆ ਬਾਈ ਦੇ ਅੱਜ ਪਹਿਲੀ ਵਾਰੀ ਜੋ ਆਪਾਂ ਇੰਟਰਵਿਊ ਕੀਤੀ ਹੈ ਖੁੱਡੇ ਜਿਹੜੇ ਕੱਚੇ ਦੇਖੇ ਕੱਚੇ ਖੁੱਡੇ ਬਣਾਉਣ ਦਾ ਕੀ ਕਾਰਨ ਹੈ ਜੀ ਪਹਿਲਾਂ ਤਾਂ ਤੁਸੀਂ ਕਾਨਾਂ ਦੀ ਛੱਤ ਹੇਠਾਂ ਦੱਸੀ ਸੀ ਸਾਨੂੰ ਆ ਉੱਪਰ ਅਸੀਂ ਦੇਖਿਆ ਕੱਚੇ ਖੁੱਡੇ ਇਹਨਾਂ ਦਾ ਵਿਚਾਰ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਕਿਉਂ ਬਣਾਏ ਆ ਤੁਸੀਂ ਇਹ ਪੁਰਾਣੇ ਖੁੱਡੇ ਆ ਜਿਹੜੇ ਪੁਰਾਣੇ ਜ਼ਮਾਨੇ 'ਚ ਬਣਾਏ ਜਾਂਦੇ ਸੀ ਅੱਜ ਨਵੇਂ ਪੱਕੀ ਆਪਾਂ ਕਹਿੰਦੇ ਹਾਂ ਪੱਕਾ ਮਕਾਨ ਹੋਵੇ ਰੰਗ ਕਰੀਏ ਕੱਚੇ ਤੁਸੀਂ ਆਪਦੇ ਬਹੁਤ ਵਧੀਆ ਚੁਬਾਰੇ ਦੇ ਉੱਤੇ ਕੱਚੇ ਖੁੱਡੇ ਬਣਾਏ ਇਹਦਾ ਕਾਰਨ ਦੱਸੋ ਕੀ ਹੈ ਕਾਰਨ ਤਾਂ ਇਹੀ ਆ ਜੀ ਬਸ ਇੱਕ ਤਾਂ ਜੀ ਬਿਮਾਰੀ ਘੱਟ ਲੱਗਦੀ ਇਹਨਾਂ 'ਚ ਜੀ ਠੰਡੇ ਰਹਿੰਦੇ ਆ ਜੀ ਜੀ ਹਾਂ ਬਸ ਇਹਦਾ ਕਰਕੇ ਤਾਂ ਕੱਚੇ ਬਣਾਏ ਜੀ ਕਬੂਤਰ ਵਧੀਆ ਰਹਿੰਦੇ ਜੀ ਬਿਲਕੁਲ ਹਾਂਜੀ ਮਤਲਬ ਠੰਡ ਘੱਟ ਲੱਗਦੀ ਇੱਕ ਤਾਂ ਸਰਦੀ 'ਚ ਗਰਮ ਰਹਿੰਦੇ ਆ ਅਤੇ ਗਰਮੀ 'ਚ ਠੰਡੇ ਰਹਿੰਦੇ ਠੰਡੇ ਰਹਿੰਦੇ ਬਹੁਤ ਵਧੀਆ ਜੀ ਜਿਹੜੇ ਖੁੱਡੇ ਆ ਉਹ ਕੱਚੇ ਹੀ ਹੋਣੇ ਚਾਹੀਦੇ ਆ ਪਰ ਅੱਜ ਕੱਲ੍ਹ ਆਪਾਂ ਨੂੰ ਦੇਖੋ ਦੇਖ ਫੈਸ਼ਨ ਬਣ ਗਿਆ ਕਿ ਕਿਹਦੇ ਖੁੱਡੇ ਜ਼ਿਆਦਾ ਸੋਹਣੇ ਹੈ ਅਤੇ ਪਰ ਉਹ 'ਚ ਬਿਮਾਰੀਆਂ ਵੱਧ ਲੱਗਦੀਆਂ ਬਿਲਕੁਲ ਸਹੀ ਹੈ ਜੀ ਇਹਦੇ ਵਿੱਚ ਹੁਣ ਜਿਹੜੇ ਆਪਾਂ ਕਬੂਤਰ ਆ ਵੱਡੇ ਆ ਜਾਂ ਡਾਊਨ ਵਾਲੇ ਆ ਵੱਡੇ ਵੱਡੇ ਕਬੂਤਰ ਆਓ ਜੀ ਇਹਨਾਂ ਦੇ ਪਹਿਲਾਂ ਨਰ ਹੈ ਜੀ ਨਰ ਪਹਿਲਾਂ ਨਰ ਵਿਖਾਉਂਦੇ ਆ ਜੀ Thank you.
ਕਬੂਤਰ ਖੁੱਡੇ ਦੇ ਵਿੱਚੋਂ ਲੈ ਕੇ ਆਏ ਆ ਆਪਣੇ ਜਿਹੜੇ ਕੀ ਕਹਿੰਦੇ ਇਹਨਾਂ ਦੇ ਸਟਾਰ ਕਬੂਤਰ ਹੈਗੇ ਜੀ। ਪਹਿਲਾਂ ਤਾਂ ਚਾਨਣਾ ਪਾਓ ਜੀ ਸਾਨੂੰ ਇਸ ਕਬੂਤਰ ਦੇ। ਇਹ ਬਾਈ ਜੀ ਉਹ ਕਬੂਤਰ ਹੈ ਜਿਹੜੀ ਕਬੂਤਰੀ ਰਾਜਨ ਦੀ ਜੰਡਾ ਵਾਲੇ ਉੱਤੇ ਰਹੀ ਸੱਤ ਵਾਰੀ ਜਿੱਤ ਜੀ ਭੱਲੇ ਉਹਦੀ ਪੱਠੀ ਆਪਾਂ ਲੈ ਲਈ ਸੀਗੀ। ਉਹਦਾ ਪੁੱਤ ਹੈ ਜੀ, ਇਹਦਾ ਇੱਕ ਭਰਾ ਤਾਰੀਆਂ ਕੋਲ ਰਹਿ ਗਿਆ ਜੀ, ਤਾਰੀ ਲੀਲਾ ਵਾਲਿਆਂ ਕੋਲ ਲੀਲਾ ਕੋਲ ਜੀ। ਇਹ ਦੋਵੇਂ ਹੀ ਕੱਢੇ ਸੀ ਉਦੋਂ ਜੀ ਜੀ ਪਹਿਲੀ ਜੋੜੀ 'ਚ। ਇਹ ਮੈਂ ਰੋਕ ਲਿਆ ਸੀਗਾ ਜੀ ਅਤੇ ਇਹਦਾ ਭਾਈ ਛੱਡਤਾ ਸੀ ਉੱਥੇ, ਉਹ ਫਿਰ ਬੈਠਾ ਨਹੀਂ ਜੀ ਰਾਤ। ਜਿਹੜੀ ਰਾਜਨ ਬਹਿਣੀਵਾਲ ਦੀ ਕਬੂਤਰੀ ਪੱਲੇ ਵਾਲੀ ਮਸ਼ਹੂਰ ਹੋਈ ਸੀ ਉਹਦਾ ਬੱਚਾ ਹੈ, ਉਹਦਾ ਬੱਚਾ, ਉਹਦਾ ਬੱਚਾ ਜੀ। ਕਿੰਨੀ ਉਮਰ ਹੋ ਗਈ ਹਾਂਜੀ ਪੱਠੀ ਦਾ, ਉਹਦੀ ਪੱਠੀ ਦਾ ਕਿੰਨੀ ਉਮਰ ਹੋ ਗਈ ਇਸ ਕਬੂਤਰ ਦੀ? ਹੋ ਗਈ 10 ਸਾਲ। ਤੁਸੀਂ ਉਹਨਾਂ ਤੋਂ ਕਿਵੇਂ ਲਿਆ ਸੀ ਇਹ ਕਬੂਤਰ? ਇਹ ਤਾਂ ਆਪਣੇ ਘਰੇ ਕੱਢਿਆ ਹੋਇਆ ਜੀ, ਘਰੇ ਕੱਢਿਆ ਸੀ ਤੁਹਾਡੇ ਕੋਲ? ਠੀਕ ਹੈ ਜੀ, ਥੋੜ੍ਹਾ ਜਿਹਾ ਦਿਖਾਓ ਜੀ ਕਬੂਤਰ। ਕਬੂਤਰ ਆ ਤੁਸੀਂ ਬਾਜੀਆਂ ਛੱਡਿਆ ਜਾਂ ਬੱਚਿਆਂ ਨੂੰ ਰੱਖ ਲਿਆ ਸੀ? ਇਹਦਾ ਭਾਈ ਛੱਡਿਆ ਸੀਗਾ, ਇਹਦਾ ਭਾਈ ਛੱਡਿਆ ਸੀ ਜੀ, ਲੀਲਾ ਉੱਤੇ ਰਹਿ ਗਿਆ ਸੀਗਾ ਜੀ। ਇਹ ਕਬੂਤਰ ਤੁਸੀਂ ਬੱਚਿਆਂ ਵਾਸਤੇ ਰੋਕ ਲਿਆ? ਇਹ ਰੋਕ ਲਿਆ ਸੀ ਜੀ। ਸਟਾਰ ਕਬੂਤਰ ਹੈ ਜੀ ਖੁੱਡੇ ਦੇ ਵਿੱਚ, ਜਿਹਨੂੰ ਆਪਾਂ ਕਬੂਤਰ ਸਾਰੇ ਸਟਾਰ ਹੁੰਦੇ ਵੈਸੇ, ਔਰ ਜਿਹਨੂੰ ਆਪਾਂ ਜਮਾਂ ਰਾਜੇ ਦਾ ਦਰਜਾ ਦੇ ਸਕਦੇ ਹਾਂ ਉਹ ਇਹਨਾਂ ਦਾ ਖੁੱਡੇ ਦਾ ਰਾਜਾ। ਲਓ ਜੀ ਇੱਧਰਲੀ ਅੱਖ ਵੀ ਥੋੜ੍ਹੀ ਜਿਹੀ ਵਿਖਾ ਦਈਏ, ਇਹ ਸਾਰੀ ਇਹਨਾਂ ਅੱਖਾਂ ਦੇ ਕੱਢਦੇ, ਮੈਲੀਆਂ ਅੱਖਾਂ ਦੇ ਖੱਟੀਆਂ ਜੀ। ਜਦੋਂ ਵੱਡੇ ਹੁੰਦੇ ਆਉਂਦੇ ਉਦੋਂ ਐਂ ਕਰ ਜਾਂਦੇ, ਪੀਲੀਆਂ ਹੀ ਆ, ਨਾ ਚਿੱਟੀਆਂ ਰਹਿੰਦੀਆਂ ਨਾ ਪੀਲੀਆਂ, ਬਾਅਦ 'ਚ ਕਰ ਜਾਂਦੇ, ਬਾਅਦ 'ਚ ਕਰ ਜਾਂਦੇ, ਪਹਿਲਾਂ ਜਮਾਂ ਖੱਟੀਆਂ ਜੀ। ਕਿਉਂਕਿ ਹੁਣ ਜਿਵੇਂ ਕੋਈ ਚੀਜ਼ ਨੂੰ ਆਪਾਂ ਮੈਲਾ ਕਰ ਦਿੰਦੇ ਹਾਂ ਉਸ ਤਰ੍ਹਾਂ ਦੀ ਅੱਖ ਹੈ ਜੀ। ਪੱਲੇ ਵਾਲੇ ਜੋ ਮਸ਼ਹੂਰ ਹੋਏ ਸੀ ਰਾਜੇ ਜੀ 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 ਜੀ। ਲਓ ਜੀ ਅਤੇ ਨਾਲ ਹੀ ਇੱਕ ਦੂਜਾ ਕਬੂਤਰ ਹੋਰ ਤੁਹਾਡੇ ਹੱਥ ਦੇ ਵਿੱਚ ਹੈ, ਇਸ ਦੀ ਹਿਸਟਰੀ ਵੀ ਦੱਸੋ ਜੀ ਥੋੜ੍ਹੀ ਜਿਹੀ, ਕਿਉਂਕਿ ਇਹ ਚਿੱਟੀਆਂ ਅੱਖਾਂ ਦੇ ਜੀ, ਦੋਨੇ ਅੱਖਾਂ ਚਿੱਟੀਆਂ ਜੀ। ਇਹਦਾ ਪਿਓ ਸੀ ਜਿਹੜਾ ਉਹ ਵੀ ਆਪਾਂ ਰਾਜਨ ਤੋਂ ਮੁੱਲ ਲਿਆ ਸੀ, ਜਿਹੜਾ ਇਹਦਾ ਬਾਪ ਹੈ ਤੁਸੀਂ ਰਾਜਨ ਤੋਂ ਉਹ ਵੀ ਮੁੱਲ ਲਿਆ ਜੀ। ਕਿਹੜੇ ਸਨ 'ਚ ਲਿਆ ਸੀ ਮੁੱਲ? ਉਹ ਹੋਣਗੇ 15 ਸਾਲ। 15 ਸਾਲ, 15 ਸਾਲ ਪਹਿਲਾਂ ਕੀ ਕੀਮਤ ਸੀ, ਕਿੰਨੀ ਕੀਮਤ ਦਿੱਤੀ ਗਈ ਸੀ ਉਹਨਾਂ? 5000 ਰੁਪਏ। ਅੱਜ ਤੋਂ 15 ਸਾਲ ਪਹਿਲਾਂ 5000 ਰੁਪਏ ਜੀ। ਇਕੱਲਾ ਕਬੂਤਰ ਹੀ ਲਿਆ ਸੀ ਅਸੀਂ? ਉਹ ਤੋਂ ਲਏ 6 ਕਬੂਤਰ ਜੀ। ਪਹਿਲਾਂ ਇਹਦਾ ਪਿਓ ਲਿਆ ਸੀ ਇਕੱਲਾ 5000 ਜੀ, ਮੁੜ ਕੇ ਉਹ ਦੂਜੇ ਹੀ ਬਾਅਦ 'ਚ ਲਏ ਜੀ। ਉਹ ਵੀ ਇਸੇ ਰੇਟ 'ਚ ਲਏ? ਨਹੀਂ ਉਹ ਕੁਛ ਘੱਟ ਲਏ ਸੀ, ਕੁਛ ਇਸ ਰੇਟ 'ਚ ਲਏ। ਉਹ ਕੁਛ ਘੱਟ ਰੇਟ, ਉਸ ਰੇਟ 'ਤੇ ਅਸੀਂ 25000 ਰੁਪਏ ਸਾਰੇ ਲੈ ਲਏ ਸੀ। ਤੁਸੀਂ 25000 ਰੁਪਏ ਦੇ ਰਾਜਨ ਤੋਂ ਅੱਜ ਤੋਂ 15 ਸਾਲ ਪਹਿਲਾਂ ਕਬੂਤਰ ਮੁੱਲ ਖਰੀਦੇ ਸੀ? ਹਾਂਜੀ। ਵਾਹ ਜੀ ਵਾਹ। ਉਹ ਜਿਹੜੇ ਮੁੱਲ ਕਬੂਤਰ ਆਪਾਂ ਲਏ ਆ ਉਹ ਵੀ ਬੈਠੇ ਆਪਣੇ ਕੋਲ ਜਾਂ ਉਹਨਾਂ ਦੇ ਪੱਠੇ ਕੁਛ ਹੈਗੇ ਆ ਜੀ, ਕੁਛ ਮਰ ਗਏ ਜਾਂ ਉਹਨਾਂ ਦੇ ਪੱਠੇ? ਲਓ ਜੀ ਇਹਦੀ ਹੋਰ ਕੀ ਖਾਸੀਅਤ ਹੈ ਜੀ ਦੱਸ ਦੇ ਰਹੇ ਸੀ? 3 ਬਾਜ਼ੀਆਂ ਜਿੱਤੇ। ਇਹ 3 ਬਾਜ਼ੀਆਂ ਜਿੱਤੇ ਆ? ਕਿਹੜੇ ਕਿਹੜੇ ਪਿੰਡ ਕਿਹੜੇ ਸਨ 'ਚ ਜਿੱਤੇ ਆ ਜੀ? ਇਹ ਜੀ ਹੋ ਗਏ ਹੋਣਗੇ 6 ਸਾਲ ਜੀ। 6 ਸਾਲ ਹੋ ਗਏ ਜੀ। ਜੰਡਾਂ ਵਾਲੇ ਸਾਡੀ ਪਹਿਲੀ ਬਾਜੀ ਜੀ ਜੀ ਜੀ, ਉੱਥੇ 6 ਕਬੂਤਰ ਹੈਗੇ ਸੀ ਉਹਨਾਂ ਦੇ ਵਿੱਚ ਜੀ ਜੀ। ਦੂਜੀ ਬਾਜੀ ਫਿਰ ਮੈਂ ਸਾਡੀ ਇੱਥੇ ਭੈਣੀਆਂ ਪਿੰਡ ਜੀ, ਉੱਥੇ ਇਕੱਲੇ ਹੀ ਰਹਿ ਗਿਆ ਸੀ, ਉਹ ਵੰਡ ਲਈ ਸੀ ਬਾਜੀ ਜੀ। ਤੀਜੀ ਬਾਜੀ ਫਿਰ ਖੜਕ ਸਿੰਘ ਵਾਲੇ ਸਾਡੀ। ਤੀਜੀ ਬਾਜੀ ਖੜਕ ਸਿੰਘ ਵਾਲੇ? ਹਾਂਜੀ ਜੀ। ਉੱਥੇ ਫਿਰ 2-3 ਕਬੂਤਰਾਂ ਨੇ ਵੰਡ ਲਈ, ਉੱਥੇ ਬਹੁਤ ਸੋਹਣਾ ਜੀ ਜੀ ਜੀ। ਫਿਰ ਆਪਾਂ ਛੱਡਿਆ ਨਹੀਂ ਉਸ ਤੋਂ ਬਾਅਦ, ਬੱਚਿਆਂ 'ਚ ਪਾ ਲਿਆ ਜੀ ਜੀ। ਮਰ ਛੱਡ ਰਹੇ ਆ ਬਾਈ ਜੀ, ਉਹ ਵੀ ਇਹਨਾਂ ਦਾ ਤੁਸੀਂ ਭਾਈ ਛੱਡਿਆ? ਇਹਦਾ ਸਗਾ ਭਾਈ ਜੀ ਜੀ ਜੀ। ਹੁਣ ਆਪਣੇ ਕੋਲ ਕਿੰਨੇ ਬੱਚੇ ਹੈ ਇਸ ਕਬੂਤਰ ਦੇ? ਇਹਨਾਂ ਨਾਲ ਮੇਰੇ ਕੋਲ ਹੋਣਗੇ 10-15 ਜੀ। 10-15 ਵਾਧਾ ਇਹ ਵੀ ਇਸ ਵਾਰ ਵਾਲੇ ਦੀ। ਭਿੰਦਰ ਜੀ ਗੱਲ ਪਤਾ ਕੀ ਸੀ, ਬਾਜੀ ਦੇ ਵਿੱਚ ਮੈਂ ਆਪ ਵੀ ਸੀਗਾ ਜੀ। ਉੱਥੇ ਬਾਈ ਟੀਟੂ ਫੋਟਮਾਨ ਆਪਣੇ ਭਰਾ ਨੇ, ਉਹਨਾਂ ਨੇ ਬਾਜੀ ਕਰਾਈ ਸੀਗੀ ਜੀ। ਅਸੀਂ ਦੋਨੇ ਇਕੱਠੇ ਗਏ ਸੀ ਰਾਤ ਨੂੰ, ਕਬੂਤਰ ਬਲਵੀਰ ਨੇ ਮੇਰੇ ਕੋਲ ਸਾਹਮਣੇ ਸੀ, ਉੱਥੇ ਹੀ ਸੀ ਜੀ। ਉਹ ਕਬੂਤਰ ਬਹੁਤ ਤਕੜਾ ਹੁੰਦਾ ਜੀ, ਬਹੁਤ ਟੌਪ ਦੇ ਪਲੇਅਰ ਸੀਗੇ। ਐਂਡ 'ਤੇ ਜਾ ਕੇ ਜਿਹੜਾ ਹਿੱਸੋਵਾਲ ਪਿੰਡ ਆ ਨਾ, ਛੋਟਾ ਜਿਹਾ ਕਸਬਾ, ਪੁਸਕ ਘਰ ਆ ਉੱਥੇ ਜੀ, ਉੱਥੇ ਅਖੀਰ 'ਤੇ ਜਾ ਕੇ ਕਬੂਤਰ 5ਵਾਂ 6ਵਾਂ ਕਬੂਤਰ ਹਰ ਗਿਆ ਸੀ, ਪਰ ਉਹ ਕਬੂਤਰ ਬਹੁਤ ਹੀ ਚੰਗਾ ਅਤੇ ਮਤਲਬ ਕਿ ਪਿੰਡੋਂ ਭੱਜਿਆ ਨਹੀਂ, ਬਹੁਤ ਚੰਗਾ ਕਬੂਤਰ ਉੱਡਿਆ ਸੀਗਾ ਉੱਥੇ। ਆਪਣਾ ਤੇਜ਼ ਘਣੀਆਂ ਵਾਲਾ ਗਿੱਲ ਬਾਜਾ ਖਾਨਾ ਇਹ ਕਲੱਬ ਦੇ ਵਿੱਚ ਇੰਚਾਰਜ ਸੀਗੇ, ਜਿੱਤਹਾਰ ਕਰਾ ਰਹੇ ਸੀ। ਆਪਾਂ ਉਹਨਾਂ ਦੇ ਬਾਜੀ ਦੇ ਵਿੱਚ ਮੈਂ ਖੁਸ਼ ਸੀਗਾ ਜੀ, ਜਿਹੜਾ ਹਿੱਸੋਵਾਲ ਕਬੂਤਰ ਉੱਡਿਆ, ਬਹੁਤ ਟੌਪ ਦਾ ਕਬੂਤਰ ਉੱਡਿਆ ਜੀ। ਮੇਨ ਇਹਨਾਂ ਦੀ ਖਾਸੀਅਤ ਇਹ ਹੈ ਇਹ ਪਿੰਡੋਂ ਨਹੀਂ ਜਾਂਦੇ, ਪਿੰਡੋਂ ਨਿਕਲਦੇ ਨਹੀਂ ਨਿਕਲਦੇ, ਉੱਥੋਂ ਕਬੂਤਰ ਬਹੁਤ ਮਰਜ਼ੀ ਛੋਟਾ ਪਿੰਡ ਹੋਵੇ, ਬਹੁਤ ਛੋਟਾ ਪਿੰਡ ਸੀ ਜੀ ਹਿੱਸੋਵਾਲ, ਉਹਦੀ ਵੋਟ ਤਾਂ ਨਹੀਂ ਖੈਰ ਆਪਾਂ ਨੂੰ ਪਤਾ ਵੀ ਕਿੰਨੀ ਹੈ, ਅਤੇ ਉਹ ਕਬੂਤਰ ਦੀ ਖਾਸੀਅਤ ਰਹੀ ਹੈ ਵੀ ਉਹਦੇ ਬਾਜੀ ਦੇ ਵਿੱਚ ਅਸੀਂ ਆਪ ਸੀ, ਬਹੁਤ ਚੰਗਾ ਬੁੱਢਾ ਬਣ ਖੇਡਿਆ ਕਬੂਤਰ ਜੀ।
ਕਿਉਂਕਿ ਆਪਾਂ ਮੰਨਦੇ ਹਾਂ ਵੀ ਕਬੂਤਰ ਦੀ 50% ਹਾਰ ਤਾਂ ਜਿਹੜਾ ਭੱਜਦਾ ਉਹਦੀ ਆਪਾਂ ਪਹਿਲਾਂ ਹੀ ਮੰਨ ਲੈਂਦੇ ਹਾਂ। ਜਿਹੜਾ ਕਬੂਤਰ ਬਾਜੀ 'ਚੋਂ ਭੱਜਦਾ ਨਹੀਂ ਉਹਦੇ 'ਤੇ ਆਪਾਂ ਨੂੰ ਹੁੰਦਾ ਵੀ ਚਲੋ ਜਿੰਨਾ ਤੱਕ ਕਬੂਤਰ ਬੈਠਦਾ ਨਹੀਂ ਜਿੱਤਾਂਗੇ ਜਿੱਤਾਂ। ਬਹੁਤ ਟੌਪ ਦੀ ਬਾਜੀ ਸੀਗੀ ਜੀ ਉਹ 2017 ਦੀ ਗੱਲ ਆ ਉਦੋਂ ਬਾਜੀਆਂ ਟੀਟੂ ਨੇ ਕਰਾਈਆਂ ਜੀ ਕਲੱਬ ਦੇ ਵਿੱਚ ਬਾਈ ਨੇ ਅਤੇ ਉਦੋਂ ਮਤਲਬ ਕਿ ਇਹਨੇ ਬਲਵੀਰ ਨੇ ਕਬੂਤਰ ਛੱਡਿਆ ਸੀਗਾ ਅਸੀਂ ਇਕੱਠੇ ਹੀ ਗਏ ਸੀਗੇ ਬਹੁਤ ਟੌਪ ਦਾ ਕਬੂਤਰ ਡੇਨਾ ਜੀ ਸਾਂਝੀ ਵੀ ਹੋ ਗਈ ਸੀ ਬਾਜੀ ਅਤੇ ਬਹੁਤ ਚੰਗਾ ਹੁੰਦਾ ਜੀ। ਨਹੀਂ ਬਹੁਤ ਵਧੀਆ ਇਨਸਾਨ ਹੈ ਜੀ ਬਾਈ ਟੀਟੂ ਦੀ ਗੱਲ ਛਿੜੀ ਹੈ ਤਾਂ ਬਾਈ ਟੀਟੂ ਨੇ ਜਦੋਂ ਅਸੀਂ ਉਹਦੀ ਇੰਟਰਵਿਊ ਕੀਤੀ ਸੀ ਅਤੇ ਬਾਈ ਜੀ ਨੇ ਹੱਥੀਂ ਜਿਹੜਾ ਸਾਨੂੰ ਚਿਕਨ ਬਣਾ ਕੇ ਨਾ ਖਵਾਇਆ ਸੀ ਸਲਾਈ ਦੇ ਉੱਤੇ ਤੰਦੂਰ ਦੇ ਕੋਲ ਬੈਠ ਕੇ ਬਹੁਤ ਵਧੀਆ ਉਹਨਾਂ ਨੇ ਸਾਡੀ ਮਤਲਬ ਜਿਹੜੀ ਹੈ ਸੇਵਾ ਕੀਤੀ ਸੀ। ਥੈਂਕ ਯੂ ਬਾਈ ਜੀ ਦਾ ਦੁਬਾਰਾ ਫਿਰ ਕਰਦੇ ਹਾਂ ਕਿਉਂਕਿ ਭੁੱਲਦੇ ਨਹੀਂ ਜੀ ਮੇਰੇ ਜਿੰਨੇ ਬੰਦੇ ਨਾਲ ਸੀਗੇ ਉਸ ਟਾਈਮ ਕਹਿੰਦੇ ਸੀ ਯਾਰ ਬਾਈ ਬੰਦੇ ਬਹੁਤ ਵੇਖੇ ਪਰ ਇਹੋ ਜਿਹਾ ਬੰਦਾ ਨਹੀਂ ਉਹਨਾਂ ਸੇਵਾ ਪਾਣੀ ਦੇ ਬਿਲਕੁਲ ਬਹੁਤ ਸੇਵਾ ਪਾਣੀ ਸਾਡੀ ਬਾਈ ਟੀਟੂ ਨੇ ਕੀਤੀ ਸੀ ਅਤੇ ਅੱਜ ਵੀ ਬਾਈ ਦਾ ਫੋਨ ਆਉਂਦਾ ਹੁੰਦਾ ਵਿੱਚ ਵਿੱਚ ਅਤੇ ਬਹੁਤ ਸਤਿਕਾਰਯੋਗ ਬਾਈ ਜੀ ਹੈ ਟੀਟੂ ਕੋਟਮਾਨਾ ਬਹੁਤ ਦਰਮੇਸ਼ ਇਨਸਾਨ ਜੀ 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 ਬਾਈ ਦੇ ਵਿੱਚ ਵਧੀਆ ਨਾਂ ਉਹਨਾਂ ਦਾ ਲਓ ਜੀ ਆਹ ਦੋ ਕਬੂਤਰ ਇਹਨਾਂ ਦੇ ਜਿਹੜੇ ਮੇਨ ਜਿਹਨੂੰ ਆਪਾਂ ਰਾਜਾ ਖੁੱਡੇ ਦੇ ਕਹਿ ਸਕਦੇ ਹਾਂ ਦੋ ਰਾਜੇ ਨੂੰ ਮਾੜੇ ਜੇ ਕਈ ਵਾਰੀ ਵੀਰ ਕਹਿ ਦਿੰਦੇ ਪੱਲਾ ਨਹੀਂ ਵਿਖਾਇਆ ਜੀ ਸਾਨੂੰ ਖੋਲ੍ਹ ਕੇ ਅਤੇ ਤੁਹਾਨੂੰ ਪੱਲਾ ਇੱਧਰੋਂ ਵੀ ਵਿਖਾ ਦਿੰਦੇ ਹਾਂ ਜੀ ਇਹਦਾ ਕਿਉਂਕਿ ਪੱਲੇ ਵਾਲੇ ਕਬੂਤਰਾਂ ਦੇ ਅਤੇ ਪੱਲੇ 'ਚ ਹੀ ਰੰਗ ਲੱਗਿਆ ਜੀ ਵੇਖੋ ਤੁਸੀਂ ਦੂਜਾ ਤੁਹਾਨੂੰ ਪੂਛ ਦੇ ਜਿਹੜੇ ਖੰਭ ਆ 12 ਹੀ ਹੁੰਦੇ ਜੀ ਇਹਨਾਂ ਦੇ 12 ਹੀ ਆ ਜੀ ਠੀਕ ਆ ਜੀ ਪੂਛ ਦੇ ਖੰਭ ਇਹਨਾਂ ਦੇ 12 ਹੀ ਹੁੰਦੇ ਆ ਜੀ ਆਹ ਮੋਟੇ ਪੱਲਿਆਂ ਦੇ ਆ ਜੀ ਕਬੂਤਰ ਕਈ ਵੀਰ ਕਹਿ ਦਿੰਦੇ ਕਿ ਪਤਲੇ ਖੰਭਾਂ ਵਾਲੇ ਕਬੂਤਰ ਉੱਡਦੇ ਆ ਦੇਖੋ ਵੀਰੋ ਆਹ ਮੋਟੇ ਖੰਭਾਂ ਵਾਲੇ ਫੁੱਲ ਮੋਟੇ ਖੰਭ ਆ ਕਬੂਤਰ ਕੋਈ ਨਹੀਂ ਮਾੜਾ ਹੁੰਦਾ ਨਸਲਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਕਿਸੇ ਕੋਲ ਕੋਈ ਚੰਗੀ ਬਣ ਜਾਂਦੀ ਹੈ ਕਿਸੇ ਕੋਲ ਕੋਈ ਬਣ ਜਾਂਦੀ ਆ ਆਹ ਦੇਖੋ ਮੋਟੇ ਖੰਭ ਆ ਪੂਰੇ ਫੁੱਲ ਮੋਟੇ ਇਹ ਵੀ ਕਬੂਤਰ ਇੱਕ ਮਹਾਨ ਇਹਨਾਂ ਦੇ ਖੁੱਡੇ ਦਾ ਰਾਜਾ ਕਬੂਤਰ ਹੈ ਜੀ ਬਾਲੀ ਵੀ ਪਹੁੰਚ ਚੁੱਕਿਆ ਤੇ ਬੱਚੇ ਲਾਈ ਜਾਂਦੇ ਆ ਇਹ ਕਿਤੇ ਬਾਲੀ ਕਰਕੇ ਤਾਂ ਨਹੀਂ ਡਾਤੇ ਜੀ ਬੱਚੇ ਤੁਸੀਂ ਇਹ ਲੈ ਜਾਂਦਾ ਹੋਣਾ ਚੰਗਾ ਬੱਚਾ ਕਿ ਲੈ ਜਾਂਦਾ ਮੈਂ ਕਿਹਾ ਕੀ ਆ ਬੱਚੇ ਤਾਂ ਡਾਤੇ ਹੁਣ ਬਾਈ ਨੇ ਵੀ ਬਾਲੀ ਆਉਂਦਾ ਛੱਡ ਦਿਓ ਸ਼ਾਮ ਤੇ ਕਰਾਉਣੇ ਨੀ ਰੰਗ ਬੜਾ ਵਧੀਆ ਜੀ ਕਿੱਥੋਂ ਲਿਆਂਦਾ ਕੱਪੜਾ ਚਮਕੇ ਵੀ ਰਹਿੰਦੀ ਲੁਧਿਆਣਾ ਕਿਹੜੀ ਜਗ੍ਹਾ ਤੋਂ ਲਓ ਜੀ ਇੱਕ ਮੇਨ ਬਾਜ਼ਾਰ ਕੱਪੜੇ ਵਾਲਾ ਉੱਥੋਂ ਕੱਪੜਾ ਮਿਲਦਾ ਤੇ ਸਿੰਥੈਟਿਕ ਜੀ ਵਿੱਚ ਇਹਦੇ ਪਲਾਸਟਿਕ ਜੀ ਮਿਕਸ ਆ ਤੇ ਰੰਗ ਨਹੀਂ ਉੱਡਦਾ ਜਿਹੜਾ ਮਰਜ਼ੀ ਕਲਰ ਤੁਸੀਂ ਲੈ ਸਕਦੇ ਹੋ ਕਾਫੀ ਕਲਰ ਹੋਣੇ ਉਹਨਾਂ ਕਾਫੀ ਕਲਰ ਆ ਜੀ ਛਤਰੀ ਨੂੰ ਬਹੁਤ ਵਧੀਆ ਕਿੱਧਰ ਗਿਆ ਨਾ ਜੀ ਅੱਜ ਨੀ ਆਉਂਦਾ ਬਾਲੀ ਕਰਕੇ ਉਹਨੂੰ ਪਤਾ ਮੈਨੂੰ ਬਾਲੀ ਲੈ ਜੂਗਾ ਮੈਂ ਇੱਥੇ ਬਾਈ ਕੋਲੇ ਬਦਾਮ ਖਾਣੇ ਬਾਲੀ ਦੇ ਨੀ ਖਾਣੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਹਨਾਂ ਦੀ ਜੋ ਆਹ ਮੌਜੀ ਕਬੂਤਰੀ ਆ ਫੁੱਲ ਮੌਜ ਆ ਜੀ ਪੈਰਾਂ ਦੇ ਉੱਤੇ ਅਤੇ ਪੂਛ ਦੇ ਵਿੱਚ ਪਿੱਛੇ ਕਾਲੇ ਖੰਭ ਹੈ ਅੱਖਾਂ ਚਿੱਟੀਆਂ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਇਹ ਆਪਣੇ ਬਾਬਾ ਜੀ ਨਿੰਗਾਲੀ ਨਸਲ ਹੈ ਠੀਕ ਹੈ ਜੀ ਬਾਬਾ ਜੀ ਨਿੰਗ ਘਰਾਂਗਣੇ ਵਾਲੀ ਜਿਹੜੀ ਇਹ ਨਸਲ ਹੈ ਹਾਂਜੀ ਜੀ ਬਾਜੀ ਜਿੱਤੀ ਹੈ ਜੀ ਕਿਹੜੇ ਪਿੰਡ ਦੀ ਮੱਲੇ ਜੀ ਲਓ ਜੀ ਆਹ ਇਹਨਾਂ ਦੀ ਬਾਬਾ ਜੀ ਜੋ ਨਿੰਘ ਹੈ ਘਰਾਂਗਣੇ ਵਾਲੇ ਉਹਨਾਂ ਦੀ ਨਸਲ ਹੈ ਜੀ ਕਬੂਤਰੀ ਆਹ ਦੇਖੋ ਜੀ ਕਰਦੇ ਹਾਂ ਜੀ ਦੂਜੀ ਕਬੂਤਰੀ ਜਿਹੜੀ ਬਾਈ ਜੀ ਨੇ ਆਪਾਂ ਨੂੰ ਹੱਥ ਦੇ ਵਿੱਚ ਫੜਾਈ ਹੈ ਇਹ ਖੱਟੀਆਂ ਅੱਖਾਂ ਦੀ ਲਾਲ ਸਰੀ ਇਹ ਰਾਜਨ ਵਾਲਿਆਂ 'ਚੋਂ ਹੈ ਜੀ ਹਾਂਜੀ ਰਾਜਨ ਇਹ ਰਾਜਨ ਵਾਲਿਆਂ 'ਚੋਂ ਇਹ ਕਿੱਥੇ ਬਾਜੀ ਛੱਡੀ ਸੀ ਇਹ ਬਾਜੀ ਤਾਂ ਜੀ ਇਹ ਤਾਂ ਛੱਡੀ ਨਹੀਂ ਅਸੀਂ ਪੱਠੇ ਰੋਕ ਲਈ ਸੀ ਜੀ ਘਰੇ ਰੱਖ ਲਈ ਘਰੇ ਰੱਖ ਲਈ ਇਹ ਥੋੜ੍ਹੇ ਘੱਟ ਗਈ ਫਿਰ ਮੈਂ ਵਧਾ ਲਈ ਠੀਕ ਹੈ ਜੀ ਲਾਲ ਸਰੇ ਘੱਟ ਗਏ ਸੀ ਥੋੜ੍ਹੇ ਹੁਣ ਵਧਾ ਲਈ ਲਓ ਜੀ ਆਹ ਰਾਜਨ ਵਾਲੇ ਪਿਓਰ ਕਬੂਤਰ ਹੈ
ਆਪਣੇ ਕੋਲੇ ਹੋਰ ਇਹਦੇ ਨਾਲ ਤਾਂ 20 ਹੋਣਗੇ ਲਾਲ ਸਰ ਮਾਂ ਪਿਓ ਦਾ ਤਾਇਆ ਜੀ ਚਾਚਾ ਸਾਰੇ ਹੈਗੇ ਮਾਂ ਪਿਓ ਤਾਇਆ ਚਾਚਾ ਸਾਰੇ ਬੈਠੇ ਆਪਣੇ ਜੀ ਐ ਨਾ ਜੀ ਕਿਤੇ ਕੱਢ ਦਿੰਦੇ ਲਾਲ ਸਰੇ ਕਿਤੇ ਨਹੀਂ ਕੱਢਦੇ ਜੀ 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 ਲਓ ਜੀ ਆ ਜਿਹੜਾ ਇਹ ਕਬੂਤਰ ਤੁਸੀਂ ਮੈਨੂੰ ਫੜਾਇਆ ਜੀ ਖੱਟੀਆਂ ਅੱਖਾਂ ਦਾ ਇਹ ਕਬੂਤਰੀ ਹੈ ਜੀ ਅੱਛਾ ਇਹ ਕਬੂਤਰੀ ਹੈ ਜੀ ਇਹ ਕਬੂਤਰੀ ਕਿਹੜਿਆਂ ਚੋਂ ਹੈ ਜੀ ਇਹ ਵੀ ਰਾਜਨ ਵਾਲਿਆਂ ਚੋਂ ਜੀ ਇਹ ਵੀ ਬਾਜੀ ਛੱਡੀ ਹੈ ਜਾਂ ਵੈਸੇ ਇਹ ਗਿੱਦੜੀ ਜਿੱਤੀ ਹੈ ਜੀ ਗਿੱਦੜੀ ਆਪਣੀ ਇੱਕ ਰਹਿ ਗਈ ਸੀ ਇੱਕ ਬਾਈ ਵਿੱਕੀ ਦਾ ਜੀ ਜੀ ਤੇ ਇੱਕ ਹੋਰ ਸੀ ਹੋ ਗਿਆ ਤਿੰਨ ਨੇ ਟਾਈਮ ਕਰਤਾ ਸੀ ਜੀ ਲਓ ਜੀ ਆ ਗਿੱਦੜੀ ਕਬੂਤਰੀ ਬਾਈ ਜੀ ਦੀ ਜਿੱਤੀ ਹੈ ਇਹਨਾਂ ਨੇ ਕਰਤਾ ਸੀ ਟਾਈਮ ਪੱਲੇ ਵੀ ਖੋਲ ਕੇ ਵਿਖਾ ਦਿੰਦੇ ਜੀ ਇਹ ਤਿੱਖੇ ਖੰਭਾਂ ਦੀ ਹੈ ਜੀ ਥੋੜ੍ਹੀ ਜੀ ਕਈ ਕਬੂਤਰ ਆ ਜਾਂਦੇ ਆ ਵਿੱਚੋਂ ਇੱਕ ਆ ਕਬੂਤਰੀ ਥੋੜ੍ਹੀ ਜਿਹੀ ਬਾਈ ਬਾਲੀ ਚਾਨਣਾ ਪਾ ਰਿਹਾ ਸੀ ਪਿੱਛੇ ਜੇ ਬੋਲ ਕੇ ਹਾਂਜੀ ਬਾਈ ਜੀ ਬਾਲੀ ਦੱਸਿਓ ਮਾੜਾ ਆ ਇਹ ਬਾਈ ਜਿਹੜੀ ਕਬੂਤਰੀ ਪੱਲੇ ਵਾਲੀ ਸੀਗੀ ਜੀ ਜੰਡਾ ਵਾਲੇ ਗੁੰਮ ਗਈ ਸੀ ਰਾਜਨ ਦੀ ਜੀ ਸਿਹਤ ਵਾਲੀਆਂ ਛੁੱਟੀ ਸੀਗੀ ਜੀ ਉਹ ਇਹਨਾਂ ਨੇ ਬਲਵੀਰ ਨੇ ਤੇ ਚੱਠੇ ਨੇ ਬਾਈ ਬੱਚੇ ਕਢਾਉਣ ਨੂੰ ਲੈ ਲਈ ਸੀ ਸ਼ਾਹ ਅੱਖੇ ਨਾਲ ਲਾਈ ਸੀ ਇਹਨਾਂ ਨੇ ਜੀ ਇਹ ਹਾਂ ਇਹ ਉਹ ਕਬੂਤਰੀ ਦੀ ਹੈ ਜੀ ਹਾਂ ਉਹਦੀ ਧੀ ਦੀ ਹੈ ਇਹ ਜਿਹੜੀ ਪੱਲੇ ਵਾਲੀ ਕਬੂਤਰੀ ਸੀ ਪੱਲੇ ਵਾਲੀ ਦੀ ਧੀ ਦੀ ਹੈ ਬਹੁਤ ਮਸ਼ਹੂਰ ਹੋਈ ਆ ਰਾਜਨ ਦੀ ਪੱਲੇ ਵਾਲੀ ਕਬੂਤਰੀ ਜੰਡਾ ਵਾਲੇ ਅੱਜ ਵੀ ਮੌਜੂਦ ਹੈ ਸੱਤ ਵਾਲੀਆਂ ਜਿੱਤੀ ਸੀ ਜੀ ਤੇ ਲੁਧਿਆਣੇ ਜਿਹੜੇ ਚ ਰੂਮੀ ਹੁੰਦੀ ਸੀ ਕਬੂਤਰੀ ਉਹ ਜੰਡਾ ਵਾਲੇ ਮੁੰਡਾ ਤੇਜ਼ ਆ ਜੀ ਉਹਦੇ ਕੋਲ ਅੱਜ ਵੀ ਕਬੂਤਰੀ ਮੌਜੂਦ ਆ ਖਾਣੀ ਹੈ ਉਹਨਾਂ ਕਬੂਤਰਾਂ ਦੀ ਇੱਕ ਚੀਜ਼ ਹੈ ਜੀ ਮੈਂ ਵੇਖਿਆ ਕਿ ਬਾਈ ਦੇ ਖੁੱਡੇ ਦੇ ਵਿੱਚ ਜਿੰਨੇ ਕਬੂਤਰ ਹੈ ਬਾਈ ਨੂੰ ਮੈਨੂੰ ਉਹਦਾ 90% ਤੇ ਬਾਈ ਬਾਲੀ ਨੂੰ 100% ਉਹਨਾਂ ਦੀ ਹਿਸਟਰੀ ਬਾਰੇ ਪਤਾ ਇਹ ਨਾਲ ਰਹਿੰਦੇ ਆ ਜੀ ਆਉਂਦੇ ਜਾਂਦੇ ਰਹਿੰਦੇ ਇਹਦੇ ਸਾਹਮਣੇ ਜਿੱਤੇ ਜੀ ਆਪਾਂ ਬਾਲੀ ਕਹਿੰਦੇ ਬਾਲੀਆਂ ਬਹੁਤ ਜਿੱਤੇ ਆ ਵੀ ਦਿਖਾਉਣਾ ਜੀ ਤੁਹਾਨੂੰ ਥੋੜ੍ਹੇ ਜਿਹੇ ਪੱਲੇ ਖੋਲ ਕੇ ਇਹਦੇ ਅੰਦਰਲਾ ਪਾਸਾ ਵੀ ਦਿਖਾਉਂਦੇ ਹਾਂ ਜੀ ਲਓ ਜੀ ਇਹਦੀ ਵੀ ਪੱਲੇ ਵਾਲੀ ਦੀ ਪੱਠੀ ਜਿਹੜੀ ਸੀਗੀ ਇਹ ਅਗਲੀ ਕਬੂਤਰੀ ਦੇਖ ਇਹਨਾਂ ਦੀ ਅਗਲੀ ਜਿਹੜੀ ਖੱਟੀਆਂ ਅੱਖਾਂ ਵਾਲੀ ਪੱਲੇ ਵਾਲੀ ਕਬੂਤਰੀ ਜਿਹੜੀ ਪੱਠੀ ਆ ਜੀ ਖੰਭ ਵੀ ਕੱਲ ਫਿਰਦਾ ਕੱਲ ਫਿਰਦਾ ਇਹ ਆ ਜੀ ਟੀਰੀ ਲਓ ਜੀ ਇਹਦੀ ਕੀ ਹਿਸਟਰੀ ਆ ਜੀ ਇਹ ਜੀ ਆਪਣੇ ਰਾਜੂ ਨੇ ਪਹਿਲੀ ਵਾਰ ਕਲੱਬ ਬਣਾਇਆ ਸੀ ਮਸ਼ੀਨਾਂ ਰੱਖੀਆਂ ਸੀ ਰਾਜੂ ਬਠਿੰਡਾ ਹਾਂਜੀ ਜੀ ਚਾਰ ਮਸ਼ੀਨਾਂ ਰੱਖੀਆਂ ਚਾਰ ਹੀ ਬਾਜ਼ੀਆਂ ਕਰਾਈਆਂ ਸੀ ਜੀ ਛੇਵੀਂ ਸਦੀ ਸੀਗੀ ਜੀ ਆਪਾਂ ਜੀ ਮੋਰ ਦਾ ਰਹਿ ਗਿਆ ਸੀ ਜੀ ਭੋਲਦੀ ਰਾਮ ਭਰਾ ਆਪਣੀ ਗਲਜਾਰ ਸਿੱਧਵਾਂ ਦਾ ਜੀ ਚਾਰਾਂ ਨੇ ਟਾਈਮ ਮਸ਼ੀਨ ਫਿਰ ਆਪਾਂ ਨੂੰ ਮਿਲ ਗਈ ਸੀਗੀ ਫਰਕੀ ਉਹ ਕਬੂਤਰੀ ਆਈ ਮਸ਼ੀਨ ਵਾਲੀ ਕਬੂਤਰੀ ਤੁਹਾਡੀ ਬਾਜ਼ੀ ਦੀ ਹਾਂਜੀ ਰਾਜੂ ਬਠਿੰਡਾ ਜੋ ਕਲੱਬ ਬਣਾਇਆ ਸੀ ਪਹਿਲੀ ਵਾਰੀ ਹਾਂਜੀ ਉਹਦੇ 'ਚ ਵਿਨਰ ਰਹੀ ਹੈ ਹਾਂਜੀ ਲਓ ਜੀ ਥੋੜ੍ਹੀ ਜਿਹੀ ਵਿਖਾਓ ਇਹਨੂੰ ਪਹਿਲੀ ਅੱਖ ਵੀ ਵੇਖ ਲਈਏ ਪਹਿਲਾਂ ਤੁਸੀਂ ਹੁਣ ਤੁਹਾਨੂੰ ਥੋੜ੍ਹੀ ਜਿਹੀ ਦੂਜੀ ਅੱਖ ਵੀ ਵਿਖਾਉਂਦੇ ਹਾਂ ਜੀ ਕਿਉਂਕਿ ਅੱਧੀ ਚਿੱਟੀ ਅਤੇ ਅੱਧੀ ਕਾਲੀ ਅੱਖ ਹੈ ਜੀ ਲਓ ਜੀ ਇਹ ਆ ਜੀ ਖੱਟੀਆਂ ਅੱਖਾਂ ਦੀ ਇਹ ਵੀ ਰਾਜਨ ਵਾਲਿਆਂ 'ਚੋਂ ਜੀ ਕਿਉਂਕਿ ਮੈਨੂੰ ਰਾਜਨ ਵਾਲਿਆਂ ਦੀ ਹੁਣ ਮੈਨੂੰ ਵੀ ਪਛਾਣ ਆ ਗਈ ਉਹਨਾਂ ਦੀ ਜਿਹੜੀ ਚੁੰਝ ਹੈ ਨਾ ਆ ਚੁੰਝ ਲੰਬੀ ਆ ਰਾਜਨ ਵਾਲੇ ਕਬੂਤਰ ਅੱਖਾਂ ਬਹੁਤ ਤਿੱਖੀਆਂ ਹਾਂ ਅੱਖਾਂ ਤਿੱਖੀਆਂ ਅਤੇ ਆ ਚੁੰਝ ਲੰਬੀ ਆ ਜੀ ਰਾਜਨ ਵਾਲੇ ਕਬੂਤਰਾਂ ਦੀ ਕੀ ਹਿਸਟਰੀ ਹੈ ਜੀ ਇਹਦੀ ਇਹ ਉਹੀ ਪੱਲੇ ਵਾਲੀ ਦਾ ਬਲੱਡ ਆ ਜੀ ਪੱਲੇ ਵਾਲੀ ਕਬੂਤਰੀ ਦਾ ਆਪਾਂ ਬਾਜੀ ਛੱਡੀ ਆ ਇਹ ਨਹੀਂ ਇਹ ਬਾਜੀ ਵਾਲੀ ਉੜਦੀ ਸੀ ਘਰੇ ਮਰੂ ਠੀਕ ਹੈ ਜੀ ਬੱਚਿਆਂ ਵਾਸਤੇ ਰੱਖ ਹਾਂਜੀ ਹਾਂਜੀ ਠੀਕ ਹੈ ਜੀ ਸਭ ਤੋਂ ਸੱਤ ਕਰੇ ਵੇਖੀ ਲਓ ਜੀ ਵੇਖੋ ਅੱਜ ਰਾਜਨ ਦੇ ਪੱਲਿਆਂ ਵਾਲੇ ਕਬੂਤਰ ਹੈ ਜਿਹੜੇ ਜਿਨ੍ਹਾਂ ਨੂੰ ਲੋਕ ਜਿੱਥੇ ਵੀ ਬਾਜੀ 'ਚ ਜਾਈਏ ਗੱਲ ਕਰਦੇ ਆ ਕਿ ਆ ਪੱਲੇ ਵਾਲਾ ਰਾਜਨ ਦਾ ਪੱਲੇ ਵਾਲਾ ਬਹੁਤ ਮਸ਼ਹੂਰ ਹੋਇਆ ਸੀਗਾ ਜੀ ਕਬੂਤਰੀ ਸੀ ਜੀ ਕਬੂਤਰੀ ਸੀ ਪੱਲੇ ਵਾਲੀ ਜੋ ਵੀ ਸੀ ਜੀ ਸੀ ਰਾਜਨ ਦੇ ਘਰੋਂ ਅਤੇ ਆਹ ਦੇਖੋ ਜੀ ਉਹਦੀ ਨਸਲ ਅੱਜ ਬਾਈ ਜੀ ਦੇ ਕੋਲ ਪਿਓਰ ਬਲੱਡ ਲੈਣਾ ਜੀ ਇਹ ਪਿਓਰ ਜਮਾਂ ਪਿਓਰ ਪਿਓਰ ਕਰਕੇ ਰੋਕਣਾ ਜੀ ਛੱਡਣੇ ਜੀ ਮੈਂ ਗਵਾ ਜਾਣੀ ਬਾਜੀ ਤਾਂ ਮੈਨੂੰ ਜਿੱਤੀ ਨਹੀਂ ਅਗਲੀ ਕਬੂਤਰੀ ਫਿਰ ਇਹ ਲੈ ਕੇ ਆਏ ਚੰਦ ਵਾਲੀ ਟੀਰੀ ਆ ਦੋਨੇ ਅੱਖਾਂ ਤੋਂ ਹਾਂਜੀ ਲਓ ਜੀ ਆ ਵੇਖੋ ਚੁੰਝ ਥੱਲੇ ਨੂੰ ਜਾਂਦੀ ਹੈ ਜਿੰਨੇ ਵੀ ਕਬੂਤਰ ਹੈ ਇਹਦੀ ਕੀ ਹਿਸਟਰੀ ਹੈ ਜੀ ਇਹ ਹਿਸਟਰੀ ਹੈ ਜੀ ਆਪਣੇ ਕਬੂਤਰਾਂ 'ਚੋਂ ਨਹੀਂ ਜੀ ਅੱਛਾ ਜੀ ਇਹ ਹੈਪੀਨੈਸ ਸਵਾਲ ਵਾਲਾ ਜੀ ਹਾਂਜੀ ਉਹਨੇ ਆਪਾਂ ਨੂੰ ਗਿਫਟ ਵਜੋਂ ਦਿੱਤੀ ਹੈ ਜੀ ਠੀਕ ਹੈ ਜੀ ਕਹਿੰਦਾ ਜੀ ਗੁਲਜ਼ਾਰ ਦੀ ਏਟੀਐਮ ਵਾਲਾ ਬਲੱਡ ਹੈ ਜੀ ਗੁਲਜ਼ਾਰ ਦਾ ਏਟੀਐਮ ਵਾਲਾ ਜਿਹੜਾ ਬਲੱਡ ਹੈ ਇਹਦੇ ਵਿੱਚ ਮਿਸ ਹੈ ਠੀਕ ਹੈ ਤੁਸੀਂ ਬੱਚੇ ਕਢਾਏ ਇਹਦੇ ਦੋ ਬੱਚੇ ਲਏ ਜੀ ਜੀ ਠੀਕ ਉੱਡ ਰਹੇ ਆ ਹਾਂ ਵਧੀਆ ਉੱਡਿਆ ਜੀ ਹੁਣ ਬੰਦ ਕਰੇ ਜੀ ਲਓ ਜੀ ਆ ਹੈਪੀ ਜੋ ਹੈ ਹਿੱਸੋਵਾਲ
जी ये लौंस थोड़ी थोड़ी पिछे पूछ दे लौंस है ते इधर खंभा दे विच नहीं इधर एक फिर लौंस कढ़ी हुई है उपर थोड़ी जी जाके ते अखां हैगियां जी खटियां ये कबूतरी जी ये कबूतरी आप बाली तो ले गई जोड़ी ਕੱਲਾ ਜੋੜਾ ਸਿੰਪਲ ਪਾਇਆ ਛੱਡੇ ਜਾਂ ਬੱਚਿਆਂ ਨੂੰ ਰੱਖੇ ਇਹ ਬਾਜੀ ਪਹਿਲਾਂ ਹੀ ਮੇਰੇ ਕੋਲ ਹੁੰਦੇ ਸੀ ਮੇਰੇ ਕੋਲ ਮੁੱਕ ਗਏ ਫਿਰ ਤੋਂ ਮੈਂ ਲਿਆ ਸੀ ਵਧੀਆ ਬਲੱਡ ਹੈ ਕਬੂਤਰਾਂ ਦਾ ਵਧੀਆ ਬਾਜੀ ਜਿਹਾ ਸਮਾਰ ਦੇ ਠੀਕ ਹੈ ਪਹਿਲਾਂ ਇਹਨਾਂ ਕੋਲ ਕਬੂਤਰ ਸੀਗੇ ਸਾਡੇ ਕੋਲ ਸੀਗੇ ਜੀ ਪਹਿਲਾਂ ਇਹ ਕਿਹੜਿਆਂ ਚੋਂ ਹੈ ਜੀ ਇਹ ਕਾਨੇ ਵਾਲੇ ਚਰਨੈਲ ਵਾਲੇ ਪੂਰੇ ਸਿੱਖ ਵਾਲੇ ਬੋਲਦੇ ਜੀ ਹਾਂ ਜੀ ਆਹ ਵੇਖੋ ਜੀ ਮੇਰੇ ਕੋਲ ਵੀ ਹੈ ਜੋ ਕਾਲੇ ਟੂਸਿਆਂ ਵਾਲੇ ਉੱਚੇ ਉੱਡਦੇ ਹੋਣਗੇ ਲੋ ਦੇ ਸ਼ਿਕਾਰੀ ਆ ਜੀ ਆਪਣੇ ਕੋਲ ਵੀ ਸੇਮ ਆਹੀ ਕਬੂਤਰ ਹੈ ਜੀ ਜੋ ਕਿ ਮੈਂ ਮਿੱਡੇ ਛੱਡਿਆ ਹੀ ਸੇਮ ਹੈ ਨਾ ਉਵੇਂ ਥੋੜ੍ਹੀ ਜਿਹੀ ਅਰਸ਼ ਦੱਸ ਰਿਹਾ ਨਿਸ਼ਾਨੀ ਅਰਸ਼ ਬਹੁਤ ਬੱਚੇ ਲੈ ਕੇ ਗਿਆ ਮੈਥੋਂ ਇਹਦੇ ਆਹ ਲਓ ਜੀ ਇਹ ਕਿੱਥੇ ਬਾਜੀ ਛੱਡਿਆ ਜੀ ਆਪਾਂ ਰੋਕਲੀ ਜੀ ਉੱਡਦੇ ਹੀ ਵਾਲੇ ਆ ਜੀ ਹਰੀਆਂ ਅੱਖਾਂ ਦਾ ਨਹੀਂ ਕੱਢਿਆ ਇਹਨਾਂ ਨੇ ਕੋਈ ਹਰੀਆਂ ਦਾ ਨਹੀਂ ਕੱਢਿਆ ਨਹੀਂ ਕੱਢਿਆ ਜੀ ਦੋਨੇ ਖੱਟੀਆਂ ਅੱਖਾਂ ਦੇ ਲਾ ਦਿਓ ਹਰੀਆਂ ਦਾ ਵੀ ਕੱਢੂ ਖੱਟੀਆਂ ਅੱਖਾਂ ਦੀ ਇਹਦੇ ਨਾਲ ਕਬੂਤਰੀ ਲਾ ਦਿਓ ਜੇ 15 ਬੱਚੇ ਕੱਢੇ ਤਾਂ ਉਹਨਾਂ 'ਚ ਇੱਕ ਹਰੀਆਂ ਅੱਖਾਂ ਦਾ ਆਊਗਾ ਜਿਹੜਾ ਹਰੀਆਂ ਅੱਖਾਂ ਦਾ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਬੱਚਾ ਕੱਢੂਗਾ ਉਹ ਇਹਨਾਂ ਦੀ ਤਰ੍ਹਾਂ ਹਾਵੀ ਭਾਵੀ ਨਹੀਂ ਹੋਊਗਾ ਸਿਹਤ 'ਚ ਪਤਲਾ ਤੇ ਲੰਬਾ ਜਿਹਾ ਕਬੂਤਰ ਤੇ ਸੱਪ ਤਰ੍ਹਾਂ ਉਹਦੀ ਧੋਣ ਇਹ ਵੀ ਇੱਕ ਜੇ ਨਾ ਹੋਇਆ ਤਾਂ ਬਾਈ ਬਾਲੀ ਨੂੰ ਮੈਂ ਜੋੜਾ ਦਿੱਤਾ ਸੀ ਪਿਛਲੇ ਗੇੜੇ ਇਹਦੇ ਕੋਲ ਬੱਚੇ ਹੈਗੇ ਆ ਤੁਸੀਂ ਉੱਥੋਂ ਕਬੂਤਰੀ ਲਾਇਓ ਇਹਦੇ ਨਾਲ ਲਿਆ ਕੇ ਲਓ ਜੀ ਹੈਗੇ ਬਾਈ ਜੀ ਬਾਲੀ ਆਪਣੇ ਕੋਲ ਬੱਚੇ ਲਓ ਜੀ ਬਾਲੀ ਜੀ ਇੱਕ ਜੇ ਨਾ ਹੋਈ ਤਾਂ ਬਾਈ ਨੂੰ ਕਬੂਤਰੀ ਖੱਟੀਆਂ ਅੱਖਾਂ ਦੀ ਦੇ ਦਿਓ ਕਬੂਤਰ ਦੇ ਦਿਓ ਜੀ ਅਤੇ ਕਬੂਤਰ ਦੋਨੇ ਜੇ ਤੁਸੀਂ ਖੱਟੀਆਂ ਅੱਖਾਂ ਦੇ ਲਾਓਗੇ ਅਗਲੀ ਜਿਹੜੀ ਕਬੂਤਰੀ ਆ ਜੀ ਇਹ ਕਿਹੜੀ ਨਸਲ ਹੈ ਜੀ ਇਹ ਚਿੱਟੀਆਂ ਵਾਲੇ ਆ ਗਏ ਜੀ ਰਾਜਨ ਵਾਲੇ ਰਾਜਨ ਦੇ ਚਿੱਟੀਆਂ ਵਾਲੇ ਕਿਉਂਕਿ ਇਹਨਾਂ ਦਾ ਸਿਰ ਬਹੁਤ ਛੋਟਾ ਜਿਹਾ ਜਿਵੇਂ ਟੈਡੀ ਉਹ ਕਬੂਤਰ ਨਹੀਂ ਹੁੰਦੇ ਕਿਹੜੇ ਵੱਜਦੇ ਆ ਜੀ ਉਹ ਨਸਲ ਨੂੰ ਰੱਖਦੇ ਆਪਾਂ ਸ਼ੋ ਪੀਸ ਉਹਨਾਂ ਦੀ ਤਰ੍ਹਾਂ ਇਹ ਚਿੱਟੀਆਂ ਅੱਖਾਂ ਚੁੰਝ ਵੀ ਛੋਟੀ ਹੈ ਜੀ ਇਹਨਾਂ ਦੀ ਸਿਰ ਵੀ ਛੋਟਾ ਅਤੇ ਲੰਬਾਈ ਵੀ ਘੱਟ ਇਹ ਇਹ ਆਪਣੀ ਧੂੜਕੋਟ ਜਿੱਤੀ ਜੀ ਧੂੜਕੋਟ ਹਾਂਜੀ ਲਓ ਜੀ ਆਹ ਜਿਹੜਾ ਕਬੂਤਰ ਹੈ ਇਹ ਧੂੜਕੋਟ ਬਾਈ ਜੀ ਦੀ ਕਬੂਤਰੀ ਜਿੱਤੀ ਹੋਈ ਆ ਖੂਬ ਉੱਡੀ ਜੀ ਉੱਥੇ ਪੂਰੀ ਵਧੀਆ ਕਿੰਨੇ ਕਬੂਤਰ ਸੀ ਟੋਟਲ ਤੁਹਾਨੂੰ ਕਬੂਤਰ ਦਿਖਾ ਰਹੇ ਜੀ ਇਹ ਕਿਹੜਿਆਂ ਚੋਂ ਹੈ ਇਹ ਵੀ ਰਾਜਨ ਵਾਲਿਆਂ ਚੋਂ ਜੀ ਰਾਜਨ ਵਾਲਿਆਂ ਇਹ ਵੀ ਬਾਜੀ ਛੱਡਿਆ ਜੀ ਆਪਾਂ ਇਹ ਹਾਂਜੀ ਕਿਹੜੀ ਜਗ੍ਹਾ ਜੀ ਫਿਰ ਕਬੂਤਰ ਇਹ ਕਿੱਥੇ ਜਿੱਤਿਆ ਜੀ ਇਹ ਨਹੀਂ ਜਿੱਤੀ ਪੂਰੇ ਵਾਲਿਆਂ ਚੋਂ ਆ ਗਈ ਕਾਨੇ ਵਾਲਿਆਂ ਚੋਂ ਇਹ ਵੀ ਤੁਸੀਂ ਕੱਟ ਕਰ ਲਿਆ ਠੀਕ ਹੈ ਜੀ ਇਹਦੀ ਤੌਰੀ ਲਾਈਏ ਉੱਚੇ ਉੱਡਦੇ ਆ
ਟੀਰੀ ਤੇ ਬਲਡੀ ਬਲਡੀ ਵੀ ਆ ਟੀਰੀ ਵੀ ਆ ਇਹ ਕਿੱਥੇ ਬਾਜੀ ਛੱਡੀ ਸੀ ਮਾਣੂਕੇ ਲੱਖੇ ਕੱਲੀ ਰਹਿ ਗਈ ਸੀ ਜਾਂ ਕੋਈ ਕਬੂਤਰ ਲਾਟ ਤੇ ਕੱਲੀ ਰਹਿ ਗਈ ਸੀ ਉਹਨੇ ਫ੍ਰਿਜ ਦਿੱਤੀ ਆ ਫ੍ਰਿਜ ਦਿੱਤੀ ਆ ਲਓ ਜੀ ਫ੍ਰਿਜ ਵਾਲੀ ਬਾਈ ਜੀ ਦੀ ਕਬੂਤਰੀ ਲਓ ਜੀ ਅਗਲਾ ਆ ਗਿਆ ਜੀ ਚਿੱਟੀਆਂ ਅੱਖਾਂ ਦਾ ਇਹ ਕਿੱਥੇ ਬਾਜੀ ਛੱਡਿਆ ਜੀ ਇਹ ਬੱਲੋ ਬੱਲੋ ਕੀ ਬੱਲੋ ਬੱਲੋ ਇੱਥੇ ਚੌਂਕ ਕੋਲੇ ਬੱਲੋ ਇਹ ਕਿੰਨਾ ਕੁ ਕੱਲਾ ਰਹਿ ਗਿਆ ਸੀ ਜਾਂ ਵੰਡੀ ਸੀ ਬਾਜੀ ਇਹ ਤਿੰਨ ਕਬੂਤਰਾਂ ਨੇ ਟਾਈਮ ਕਰਤਾ ਸੀਗਾ ਜੀ ਵੱਡੇ ਸਰਦਾਰ ਦਾ ਸੀਗਾ ਜੀ ਇੱਕ ਪ੍ਰਿਤਪਾਲ ਦਾ ਜੀ ਆਪਣੀ ਸੀਗੀ ਜੀ ਬਸ ਉਹਨਾਂ ਦਾ ਪੰਜ ਕੁ ਮਿੰਟ ਵੱਧ ਉੱਡ ਗਿਆ ਸੀ ਸਾਂਝੀ ਹੋ ਗਈ ਸਾਂਝੀ ਹੋ ਗਈ ਸੀ ਲਓ ਜੀ ਸਾਰੇ ਪਹੁੰਚੇ ਵੀ ਸਾਡੇ ਕੋਲ ਚਿੱਟੀਆਂ ਇਹ ਕਬੂਤਰੀ ਇਹ ਰੋਕੀ ਵੀ ਹੈ ਇਹ ਰੋਕੀ ਵੀ ਹੈ ਐਤਕੀ ਦੀ ਪੱਠੀ ਰੋਕ ਲਈ ਤੁਸੀਂ ਇਹ ਕਿਉਂ ਰੋਕੀ ਕੀ ਕਾਰਨ ਰਿਹਾ ਹੁਣ ਸਿੰਘਾਂ ਵਾਲੀਆਂ ਹੋ ਗਈਆਂ ਸੀ ਮੂੰਹਾਂ ਮਾਂ ਤੇ ਜੀ ਅੱਛਾ ਜੀ ਮੂੰਹ ਪੱਕ ਗਈ ਵਿੱਚ ਠੀਕ ਹੈ ਰੋਕ ਲਈ ਮਾਂ ਚ ਚੰਗੀ ਸੀਗੀ ਬੱਚਿਆਂ ਵਾਸਤੇ ਤੁਸੀਂ ਰੱਖਿਆ ਲਓ ਜੀ ਕਬੂਤਰੀ ਹੈ ਜੀ ਮੇਰੀ ਤੁਹਾਡੀ ਸਟਾਰ ਕਬੂਤਰੀ ਕਿਵੇਂ ਸਟਾਰ ਹੈ ਜੀ ਇਹ ਜਦੋਂ ਗੁਰਦੇਵ ਕਹਿਣ ਕਲੱਬ ਆਉਣਾ ਜੀ ਜੀ ਉਦੋਂ ਚੌਧਰੀ ਵਾਲੇ ਬਾਈਕ ਕਰਾਈ ਸੀ ਉਹਨਾਂ ਨੇ ਬਹੁਤ ਜ਼ਿਆਦਾ ਗਰਮੀ ਜੀ ਉਦੋਂ ਨੇ ਪੌਣੇ ਘੰਟੇ ਦੀ ਬੱਤੀ ਪੌਣਾ ਘੰਟਾ ਮਤਲਬ ਹਠਾੜ ਦੇ ਵਿੱਚ ਬਹੁਤ ਵੱਡੀ ਗੱਲ ਹੈ ਜੀ ਹਠਾੜ ਦੇ ਵਿੱਚ ਜੇ ਕੋਈ ਕਬੂਤਰ ਪੌਣਾ ਘੰਟੇ ਦੀ ਬਿੱਥੀ ਪਾਉਂਦਾ ਬਹੁਤ ਵੱਡੀ ਗੱਲ ਲੋਕ ਘਰਾਂ ਨੂੰ ਪਹੁੰਚ ਗਏ ਜੀ ਫਿਰਦੀ ਸੀ ਇਹ ਫਿਰਦੀ ਸੀ ਟਾਂਗਾ ਭੜਕਾਈ ਗਈ ਟਾਂਗੇ 'ਤੇ ਆਈ ਨਹੀਂ ਥੱਲੇ ਡਿੱਗੀ ਟਾਂਗੇ 'ਤੇ ਵੀ ਨਹੀਂ ਰਾਣੀ ਦਾ ਦਰਜਾ ਦੇ ਸਕਦੇ ਆ ਇਹ ਉਹ ਕਬੂਤਰੀ ਆ ਫ੍ਰਿਜ ਜਿੱਤੀ ਆ ਜੀ ਘੋਲੀਏ ਫਿਰ ਕਬੂਤਰੀ ਨੇ ਲਓ ਜੀ ਅੱਗੇ ਜੀ ਇਹ ਸ਼ਾਖੀ ਇਹ ਜੀ ਜਿਹੜੀ ਆਪਣੀ ਮਾਣੂਕੇ ਲੱਖੇ ਜਿੱਤੀ ਉਹਦੀ ਪੱਠੀ ਮਾਣੂਕੇ ਲੱਖੇ ਵਾਲੀ ਜਿਹੜੀ ਜਿੱਤੀ ਉਹਨਾਂ ਦੀ ਪੱਠੀ ਪੱਠੀ ਹੈ ਜੀ ਇਹ ਐਤਕੀ ਛੱਡਣੀ ਹੈ ਬਾਜੀ ਜਾਂ ਬੱਚਿਆਂ ਨੂੰ ਰੱਖੀਏ ਤੁਸੀਂ ਨਹੀਂ ਇਹ ਰੱਖ ਲਈ ਰੱਖ ਲਈ ਬੱਚਿਆਂ ਵਾਸਤੇ ਰੱਖ ਲਈ ਠੀਕ ਹੈ ਜੀ ਚਲੋ ਅਗਲਾ ਕਬੂਤਰ ਫਿਰ ਰਾਜਨ ਦੇ ਪੱਲੇ ਵਾਲਿਆਂ 'ਚੋਂ ਹੈ ਜੀ ਇਹ ਵੀ ਬਾਜੀ ਛੱਡਿਆ ਜੀ ਨਹੀਂ ਜੀ ਇਹ ਰੋਕ ਲਿਆ ਤੁਸੀਂ ਇਹ ਵੀ ਰੋਕ ਲਿਆ ਇਹ ਬਰੀਡ ਵਾਸਤੇ ਇਹਨਾਂ ਨੇ ਰੋਕ ਲਿਆ ਜੀ ਰਾਜਨ ਵਾਲਿਆਂ 'ਚੋਂ ਪਿਓਰ ਕਬੂਤਰ ਗੱਲ ਤਾਂ ਐ ਸੀਗੀ ਨਾ ਤੁਹਾਡੇ ਤੋਂ ਕਬੂਤਰ ਤੁਹਾਡੇ ਏਰੀਏ ਦੇ ਵਿੱਚ ਤੁਸੀਂ ਵੀ ਲਿਆਉਂਦੇ ਹੋਵੋਗੇ ਤੇ ਤੁਹਾਡੇ ਤੋਂ ਵੀ ਲੈ ਕੇ ਜਾਂਦੇ ਹੋਣਗੇ ਲੋਕ ਕਬੂਤਰ ਜੀ ਹਾਂਜੀ ਲੈ ਕੇ ਗਏ ਜੀ ਆਪਾਂ ਤੋਂ ਕਿਹੜੇ ਕਿਹੜੇ ਖਿਡਾਰੀ ਵੀਰ ਤੁਹਾਡੇ ਤੋਂ ਕਬੂਤਰ ਲੈ ਕੇ ਜਾਂਦੇ ਆ ਜੀ ਆਪਾਂ ਤੋਂ ਇੱਕ ਵਾਰੀ ਦਾ ਜੀ ਗਾਮੀਆਂ ਵਾਲਾ ਬਾਈ ਵੀ ਲੈ ਗਏ ਸੀ ਵਿੱਕੀ ਜੀ ਤੇ ਤਿੰਨ ਲੈ ਗਿਆ ਸੀਗਾ ਜੀ ਆਪਾਂ ਤੋਂ
ਜੀ ਮੁੜ ਕੇ ਬਸ ਉਹਨਾਂ ਕੋਲ ਹੀ ਆਪਾਂ ਲੈ ਕੇ ਨਹੀਂ ਮੁੜ ਜੀ ਕਿਹੜਾ ਮੋਰ ਲੈ ਗਿਆ ਸੀਗਾ ਜੀ ਬੱਚਾ ਜੀ ਮੈਨੂੰ ਦੱਸਦਾ ਹੈ ਨਾ ਦੋ ਵਾਰੀ ਜਿੱਤੇ ਤੇਰੇ ਵਾਲਾ ਬੱਚਾ ਜੀ ਤੀਜੀ ਵਾਰੀ ਤੋਂ ਕਹਿੰਦਾ ਨੱਠ ਗਿਆ ਜੀ ਅਤੇ ਬਣਸਾ ਵੀ ਲੈ ਗਿਆ ਸੀ ਬਿਜਲੀ ਦਾ ਤੂੰ ਬੱਚੇ ਕਢਾਉਣ ਨੂੰ ਆਪਾਂ ਨੂੰ ਜਿਹੜੀ ਤਿੰਨ ਚਾਰ ਵਾਰੀ ਜਿੱਤੀ ਜੀ ਮਿਲਦੀ ਸੀ ਉਹਨਾਂ ਨੂੰ ਤੂੰ ਆਮ ਬੰਦੇ ਦਾ ਜੀ ਬਹੁਤ ਆਉਂਦੇ ਲੈ ਲੂ ਜਾਂਦੇ ਜੀ ਜੀ ਹਾਂਜੀ ਮੂੰਹ ਮੱਥਾ ਰੱਖਣਾ ਬੰਦੇ ਨੂੰ ਬਿਲਕੁਲ ਜੀ ਗੁਆਂਢੀ ਜੋ ਕਟਹਿਰੀ ਆ ਇੱਥੇ ਮੱਥਾ ਰੱਖਣਾ ਪੈਂਦਾ ਕਾਫੀ ਆ ਸ਼ੀਲਡਾਂ ਤੁਹਾਡੀਆਂ ਦੇਖੀਆਂ ਸੀ ਹੁਣ ਪਹਿਲਾਂ ਅਸੀਂ ਅਤੇ ਕਾਫੀ ਸ਼ੀਲਡਾਂ ਤੁਸੀਂ ਜਿੱਤੀਆਂ ਹੋਈਆਂ ਅਲੱਗ ਅਲੱਗ ਬੜੇ ਵੱਡੀਆਂ ਵੱਡੀਆਂ ਸ਼ੀਲਡਾਂ ਬਹੁਤ ਵੱਡਾ ਇੱਕ ਤਾਂ ਕੱਪ ਪਿਆ ਤੁਹਾਡਾ ਉਹ ਹੈਗਾ ਗਗਨ ਮਾਨ ਸਾਹਿਬ ਖੜਕ ਸਿੰਘ ਵਾਲੇ ਦਾ ਬਹੁਤ ਵਧੀਆ ਜੀ ਅਤੇ ਠੀਕ ਹੈ ਜੀ ਅੱਜ ਦੇ ਲਈ ਦਿਓ ਇਜਾਜ਼ਤ ਭੁਪਿੰਦਰ ਹੇਰ ਚੱਕੜੇ ਵਾਲੇ ਨੂੰ ਨਵਾਂ ਕਿਸੇ ਆਪਾਂ ਹੋਰ ਅਗਲੇ ਸ਼ਨੀਵਾਰ ਕਿਸੇ ਖਿਡਾਰੀ ਦੀ ਇੰਟਰਵਿਊ ਆਪਣੇ ਚੈਨਲ 'ਤੇ ਪਾਵਾਂਗੇ ਜਿਹੜੇ ਮੇਰੇ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸੋ ਕੁਛ ਕਹਿਣਾ ਚਾਹੋ ਜੀ ਹਾਂ ਬਸ ਠੀਕ ਹੈ ਜੀ ਬਸ ਮੇਰਾ ਚੈਨਲ ਲਾਈਕ ਕਰੋ ਜੀ ਬਸ ਇਹਨਾਂ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ